ਆਪਾਂ ਉਹਨਾਂ ਨੂੰ ਦੱਸ ਦਈਏ ਕਿ ਆਪਣਾ ਵੇ ਆਫ ਵਰਕਿੰਗ ਕੀ ਹੈ। ਜਿੱਦਾਂ ਬਈ ਅਸੀਂ ਇੱਥੇ ਬੈਠੇ ਆ ਰੋਜ਼ ਤੇ ਪਿੱਛੇ ਪੇਸ਼ੈਂਟ ਬੈਠੇ ਨੇ, ਐਵੇਂ ਹੀ ਰੋਜ਼ ਇੱਥੇ ਲੋਕੇਸ਼ਨ ਤੇ ਪੇਸ਼ੈਂਟ ਆ ਰਹੇ ਨੇ ਪਿਛਲੇ 1.5-2 ਸਾਲਾਂ ਤੋਂ। ਆਹ ਲੋਕੇਸ਼ਨ ਸਾਡੀ ਆ ਗਈ ਤੇ ਇੱਥੇ ਇੱਕ ਪੇਸ਼ੈਂਟ ਅਸੀਂ ਦੇਖਦੇ ਆਂ, ਜਿੱਦਾਂ ਕਾਪੀ ਲੱਗੀ ਹੋਈ ਨਾ ਕਿਹੜੇ ਪੇਸ਼ੈਂਟ ਨੂੰ ਕੀ ਕਿਹਾ ਉਹ ਅਸੀਂ ਲਿਖਦੇ ਨੇ ਨਾਲ ਹੀ ਕਿ ਕੱਲ ਨੂੰ ਕੋਈ ਮਿਸਅੰਡਰਸਟੈਂਡਿੰਗ ਨਾ ਲੱਗੇ, ਕੋਈ ਝੂਠ ਨਾ ਲੱਗੇ, ਕੋਈ ਗੱਲ ਲੱਗੇ ਇਹਦੇ ਪੁੱਛਣੀ ਵਾਰ ਠੀਕ ਹੁੰਦੀ ਹੈ ਨਾ। ਹਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਪੇਸ਼ੈਂਟ ਦੀ ਇਨਕੁਆਇਰੀ ਲਿਖਦੇ ਆਂ ਘਰ ਦੀ, ਜਿਵੇਂ ਮੈਂ ਤੁਹਾਨੂੰ ਗਰੁੱਪ ਦਿਖਾਈ ਸੀ ਇਨਕੁਆਇਰੀਆਂ ਹੁੰਦੀਆਂ ਬਿਲਕੁਲ ਫਿਰ ਇੱਧਰ ਜਿੱਦਾਂ ਹੁਣ ਭੈਣ ਡੋਨਰ ਆਏ ਹੋਏ ਨੇ ਇੱਦਾਂ ਇੱਥੇ ਇੱਥੇ ਡੋਨਰ ਬਹਿੰਦੇ ਨੇ ਤੇ ਫਿਰ ਸੇਵਾ ਕਰਕੇ ਇਹਨਾਂ ਦੀ ਤੇ ਜਿਵੇਂ ਬਾਪੂ ਜੀ ਨੇ ਇਹਨਾਂ ਦਾ ਕੋਈ ਪੇਸ਼ ਬਾਪੂ ਜੀ ਤੁਹਾਡਾ ਕੀ ਲੱਗਦਾ ਪੇਸ਼ੈਂਟ ਤੋਂ ਪੋਤਾ ਹੈ ਜਿੱਦਾਂ ਹੁਣ ਬਾਪੂ ਜੀ ਦਾ ਪੋਤਾ ਉਹਦਾ ਦੋਤਾ 4-5 ਸਾਲ ਤੋਂ ਸੇਵਾ ਲੈ ਰਿਹਾ ਤਾਂ ਇੱਦਾਂ ਹੀ ਪੇਸ਼ੈਂਟ ਇੱਥੋਂ ਸੇਵਾ ਲੈਂਦੇ ਰਹਿੰਦੇ ਇਹ ਸਾਡਾ ਵੇ ਆਫ ਵਰਕਿੰਗ ਹੈ ਠੀਕ ਹੈ ਬਾਈ ਅਸੀਂ ਬਾਈ ਤੁਹਾਨੂੰ ਇੱਕ ਮਿੰਟ ਕਰ ਲਈਏ ਗੱਲ ਲਾ ਲਓ ਕੋਈ ਨਹੀਂ ਤੁਹਾਡਾ ਲਾਈਵ ਚੱਲ ਰਿਹਾ ਓਕੇ ਚਲੋ ਵੱਡੇ ਵਾਲੇ ਜੋ ਕਰ ਲਓ ਮੇਰਾ ਚੱਲ ਰਿਹਾ ਬਾਈ ਸਾਰੇ ਮੇਰੇ ਹੀ ਲਾਈਵ ਵਾਲੇ ਜੋ ਕਰ ਲਓ ਲਾਈਵ ਮੇਰਾ ਵਾਲਾ ਸਾਰਾ ਹੀ ਲਾਈਵ ਹੈ ਬਾਈ ਮੇਰਾ ਕੋਈ ਚੱਕਰ ਨਹੀਂ ਸਾਡੇ ਹੀ ਨੇ ਫਿਰ ਹਾਂ ਹਾਂ ਆਪਣਾ ਇਕੱਠਿਆਂ ਦਾ ਹੀ ਲਾਈਵ ਹੈ ਆਪਣਾ ਇਕੱਠਿਆਂ ਹਾਂ ਹੁਣ ਆਪਾਂ ਗੱਲ ਕਰੀਏ ਵੀ ਆਪਣੀ ਗੱਲ ਹਾਂਜੀ ਆਪਣੀ ਗੱਲ ਇਹੀ ਹੋਈ ਸੀ ਮੈਂ ਉਹਨਾਂ ਨੂੰ ਦੱਸਾਂ ਜਾਂ ਤੁਹਾਨੂੰ ਕਿੱਦਾਂ ਆਪਾਂ ਇਕੱਠੇ ਆ ਮਾਈਕ ਜਾ ਰਿਹਾ ਉਹਨਾਂ ਕੋਲ ਤੁਸੀਂ ਸਾਰਿਆਂ ਨੇ ਵੀ ਬਾਈਟ ਲੈਣੀ ਆਪਾਂ ਫਿਰ ਇੱਕ ਮਿੰਟ ਇੱਥੋਂ ਆ ਰੋਕ ਕੇ ਨਾ ਇੱਥੇ ਟੇਬਲ ਤੇ ਬਹਿ ਜੰਨੇ ਆ ਅਸੀਂ ਦੀਦੀ ਗੱਲ ਕਰ ਲੈਂਦੇ ਆ ਤੁਸੀਂ ਜਿਵੇਂ ਕਹੋ ਨਹੀਂ ਆਪਾਂ ਕੀ ਕਰਦੇ ਆ ਆਪਾਂ ਇੱਥੇ ਮਾਈਕ ਤੇ ਇਹਨਾਂ ਦੇ ਸਾਰੇ ਰੱਖ ਕੇ ਆਪਾਂ ਇੱਥੇ ਦੋਨੋਂ ਬਹਿ ਕੇ ਗੱਲਾਂ ਕਰਾਂਗੇ ਹਾਂ ਕੋਈ ਚੱਕਰ ਨਹੀਂ ਠੀਕ ਆਪਾਂ ਹਾਂ ਤੁਸੀਂ ਮਰੀਜ਼ ਉਧਰ ਦੇਖ ਲਓ ਅਪਾਰ ਬਾਈ ਜੀ ਵਿੱਚ ਹੀ ਆ ਜਾਓ ਮੈਂ ਕਹਿੰਦਾ ਤੁਸੀਂ ਤੁਸੀਂ ਨਾਲ ਹੀ ਬੈਠੋ ਭਾਜੀ ਮੇਰੀ ਜਿਹੜੀ ਟੀਮ ਆਪਣੀ ਹੈਗੀ ਨਾ ਉਹ ਪੇਸ਼ੈਂਟਾਂ ਵੱਲ ਧਿਆਨ ਦਿਓ ਮੈਨੂੰ ਕੁਛ ਨਹੀਂ ਹੁੰਦਾ ਟੀਮ ਡੋਨਰਾਂ ਵੱਲ ਮਰੀਜ਼ਾਂ ਵੱਲ ਦੇਖੋ ਹਾਂ ਜਿਹੜੇ ਡੋਨਰ ਪੇਸ਼ੈਂਟ ਆਪਣੇ ਆਏ ਹੋਏ ਨੇ ਜਿਹੜੇ ਸੇਵਾ ਕਰਨੇ ਨੇ ਉਹਨਾਂ ਨੂੰ ਅਟੈਂਡ ਕਰੋ ਬੈਠੋ ਵੀਰੇ ਆ ਜਾਓ ਇੱਥੇ ਮਾਈਕ ਰੱਖਣੇ ਨਾ ਇਹਨਾਂ ਦੀ ਆਵਾਜ਼ ਦੂਰੋਂ ਆਉਣੀ ਨਹੀਂ ਇਕੱਠੀਆਂ ਲੈ ਲੈਣਗੇ ਨਾ ਬਾਈਟ ਇਕੱਲੀ ਇਕੱਲੀ ਤਾਂ ਬਾਈ ਬਹੁਤ ਲੰਬੀ ਹੋ ਜਾਣੀ ਪਾਣੀ ਦਿਓ ਜਿਹੜੀ ਆਪਣੀ ਟੀਮ ਹੈ ਉਹ ਪਲੀਜ਼ ਸੇਵਾ ਵੱਲ ਧਿਆਨ ਦੇਵੇ ਸੇਵਾ ਵੱਲ ਧਿਆਨ ਦੇਵੇ ਸਾਰਾ ਰਾਤ ਆਪਾਂ ਇਹੀ ਕੁਛ ਦੇਖਣਾ ਕਿਹੜੇ ਚੈਨਲ ਤੇ ਕੀ ਚੱਲਿਆ 12-11-1 ਵਜੇ ਬੈਠਾਂਗੇ ਤੁਸੀਂ ਕੁਝ ਇਹਨਾਂ ਨੇ ਬਾਈ ਤੁਸੀਂ ਕੋਈ ਸਵਾਲ ਸਵੂਲ ਘੱਟ ਰੱਖਿਓ ਬੰਦੇ ਜਾਣ ਕੋਈ ਚੱਕਰ ਨਹੀਂ ਜੋ ਮਰਜ਼ੀ ਪੁੱਛ ਸਕਦੇ ਸਵਾਲ ਜਵਾਬ ਬਾਈ ਸਾਡੀ ਐਵੇਂ ਸੀਗੀ ਗੱਲਬਾਤ ਅਸੀਂ ਅਨਮੋਲ ਨੂੰ ਫੋਲੋ ਕਰਦੇ ਬੜੀ ਦੇਰ ਤੋਂ ਬਾਈ ਸੇਵਾ ਕਰਦਾ ਬਹੁਤ ਵਧੀਆ ਸੇਵਾ ਕਰਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ ਜੋ ਇਹਦੀ ਡੈਡੀਕੇਸ਼ਨ ਹੈ ਉਹ ਸਾਡੇ 'ਚ ਹਜੇ ਤੱਕ ਨਹੀਂ ਆਈ ਠੀਕ ਹੈ ਜਿਹੜਾ ਵੀਰਾ ਇਸ਼ੂ ਹੈ ਇਹ ਮੇਰੇ ਕਜ਼ਨ 'ਚੋਂ ਹੀ ਆਉਂਦਾ ਮੈਨੂੰ ਵੀ 7-8 ਮਹੀਨੇ ਪਹਿਲਾਂ ਹੋਇਆ ਮੇਰੀ ਵੀਡੀਓ ਵਗੈਰਾ ਵਾਇਰਲ ਆਈ ਥੋੜ੍ਹੇ ਜਿਹੇ ਬੰਦੇ ਤੁਹਾਡੇ 'ਚੋਂ ਮੈਨੂੰ ਜਾਣਦੇ ਹੋਣਗੇ ਅਤੇ ਅਸੀਂ ਸੋਚਿਆ ਵੀ ਜੇ ਮਤਲਬ ਸਾਨੂੰ ਲੋਕ ਫੋਲੋ ਕਰਦੇ ਆ ਤਾਂ ਅਸੀਂ ਥੋੜ੍ਹੇ ਜਿਹੇ ਪੈਸੇ ਨਾ ਵੀ ਸੇਵਾ 'ਚ ਵੀ ਕਰੀਏ ਪਰ ਅਸੀਂ ਬਾਈ ਉਹਨਾਂ ਵਾਂਗੂ ਸਿੱਧਾ ਕਹਿੰਦੇ ਵੀ ਹਿਸਾਬ ਕਿਤਾਬ ਨਹੀਂ ਚਲੋ ਆਪਣਾ ਫਰੈਂਡ ਸਰਕਲ 'ਚੋਂ ਕਰਕੇ ਵੀ ਇਸ ਟਾਈਮ ਵੀ ਚਲੋ ਜਿੰਨੇ ਕੁ ਯੋਗੇ ਹੈਗੇ ਬਾਈ ਜਿੰਨੇ ਤਾਂ ਨਹੀਂ ਹੈਗੇ ਜਿੰਨੇ ਕੁ ਕਰਦੇ ਆ ਆਪਣੇ ਦਮ ਕਰੀ ਜਾਂਦੇ ਭਰਾਵਾਂ ਦੀ ਸਹਿਯੋਗ ਨਾਲ ਕਰਦੇ ਇੱਕ ਦਿਨ ਕੀ ਗੱਲ ਹੋਈ ਆ ਵੀ ਮੇਰੇ ਕੋਲ ਪੇਜ ਆ ਹਨੀ ਸੇਠੀ ਦੇ ਨਾਂ 'ਤੇ ਠੀਕ ਹੈ ਜੀ ਅਤੇ ਪੇਜ ਹੈਗਾ ਉਹਦੇ ਵਿੱਚ 1.25 ਲੱਖ ਸਰ ਫੋਲੋਅਰ ਹੈਗੇ ਨੇ ਠੀਕ ਹੈ ਜੀ ਅਤੇ ਬਾਈ ਨੂੰ ਤਾਂ ਤਜਰਬਾ ਇਹਨਾਂ ਦਾ ਮੈਨੂੰ ਆਹ ਚੀਜ਼ਾਂ ਦਾ ਤਜਰਬਾ ਨਹੀਂ ਮੈਨੂੰ ਜਿਵੇਂ ਆਉਂਦਾ ਮੈਂ ਉੱਦਾਂ ਹੀ ਫਰੈਂਕ ਗੱਲ ਕਰਦਾ ਠੀਕ ਹੈ ਅਤੇ ਉਹ 'ਚੋਂ ਨਾ ਅਸੀਂ ਇਹ ਗੱਲ ਕਹੀ ਸੀ ਜਿੱਦਣ ਪੈਸੇ ਸ਼ੁਰੂ ਹੋਣੇ ਆਏ ਇੱਥੇ ਪੈਸੇ ਆਉਣੇ ਸ਼ੁਰੂ ਹੋਏ ਮਤਲਬ ਮੋਨੀਟਾਈਜੇਸ਼ਨ ਹੋਈ ਪੇਜ ਦੀ ਅਤੇ ਉਹਨਾਂ ਨੇ ਮੇਰੇ ਤੋਂ ਅਕਾਊਂਟ ਮੰਗਿਆ ਮੈਂ ਅਕਾਊਂਟ ਦਿੱਤਾ ਪਹਿਲਾਂ $100 ਆਇਆ ਅਤੇ ਮੈਂ ਬੈਂਕ 'ਚ ਗਿਆ ਵੀ ਇਹਨਾਂ ਨੇ ਮੈਨੂੰ $100 ਕਾਹਦੇ ਲਈ ਦਿੱਤਾ ਜਾਂ ਵੀ ਕੋਈ ਬਾਹਰੋਂ ਤਾਂ ਨਹੀਂ ਵੀ ਉਹ ਗਲਤ ਕੰਮ ਨਾ ਹੋ ਜੇ ਉਹ ਕਹਿੰਦੇ ਵੀ ਤੇਰੇ ਫੇਸਬੁੱਕ ਕਰਕੇ ਪੇਜ ਮੋਨੀਟਾਈਜੇਸ਼ਨ ਹੋ ਗਿਆ ਵੀ ਤੈਨੂੰ ਹਰੇਕ 4 ਤਰੀਕ ਨੂੰ ਪੈਸੇ ਮਿਲੇ ਦੇਖੋ ਮੇਰੇ ਹੱਥ 'ਚ ਪਾਣੀ ਆ ਮੈਂ ਗੱਲ ਉਹ ਕਰੂੰਗਾ ਜਿਹੜੀ ਹੈਗੀ ਆ ਮੈਨੂੰ ਮੈਨੂਪਲੇਟ ਗੱਲ ਕਰਨੀ ਨਹੀਂ ਆਉਂਦੀ ਨਾ ਮੈਂ ਕਿਸੇ ਨੂੰ ਬਾਈ ਉਹਨਾਂ ਨੂੰ ਕਹਿ ਰਿਹਾ ਠੀਕ ਹੈ ਜੀ ਮੈਂ ਕਿਹਾ ਫਿਰ ਇਹ ਕਹਿੰਦਾ ਤੈਨੂੰ ਹਰੇਕ 4 ਤਰੀਕ ਨੂੰ ਐਵੇਂ ਪੈਸੇ ਮਿਲਿਆ ਕਰਨਗੇ ਵੀ ਜੇ ਤੇਰੀਆਂ ਰੀਲਾਂ ਵਧੀਆ ਚੱਲਣ ਲੱਗੀਆਂ ਠੀਕ ਆ ਚਲੋ ਜੀ ਮੇਰਾ ਕੰਮ ਆ ਜੁੱਤੀਆਂ ਦਾ ਮੈਂ ਉਹ ਵੀ ਪਾਈ ਗਿਆ ਅਤੇ ਸੇਵਾ ਦੀਆਂ ਵੀ ਪਾਈ ਗਿਆ ਕਰਦੇ ਕਰਦੇ ਅਸੀਂ ਇਹ ਗੱਲ ਮੈਂ ਕਿਹਾ ਜੀ ਇਹ ਤਾਂ ਫਰੀ ਦੇ ਹੀ ਪੈਸੇ ਹੋਏ ਜਦ ਆਪਾਂ ਕਿਸੇ ਤੋਂ ਬਾਈ ਪ੍ਰਮੋਸ਼ਨ ਕਰਾਉਂਦੇ ਹਾਂ ਪੈਸੇ ਦਿੰਦੇ ਹਾਂ ਗੋਇਲ ਸਾਹਿਬ ਤੋਂ ਅਸੀਂ ਕਹਿੰਦੇ ਸੀਗੇ ਉਹ 15-20 ਹਜ਼ਾਰ ਰੁਪਏ ਕਹਿੰਦੇ ਸੀ ਅਸੀਂ ਫਿਰ ਅਸੀਂ ਰੇਟ ਘਟਾ ਕੇ ਵੀਡੀਓ ਪਾਉਣ ਲੱਗੇ ਚਲੋ ਸਾਡਾ ਬਿਜ਼ਨਸ ਸੀ ਉਹ ਚੱਲ ਪਿਆ ਉਹ ਰੀਲਾਂ ਹੋਰ ਫਾਸਟ ਚੱਲਣ ਲੱਗ ਪਈਆਂ ਕਰਦੇ ਕਰਦੇ ਅੱਜ ਤੋਂ 7-8 ਦਿਨ ਪਹਿਲਾਂ ਨਾ ਮੈਨੂੰ $330 ਆਏ ਫੇਸਬੁੱਕ ਤੋਂ ਮੈਂ ਇਕੱਲੀ ਫੇਸਬੁੱਕ ਯੂਜ਼ ਕਰਦਾ ਮੈਨੂੰ ਕੁਛ ਐਡੀਟਿੰਗ ਵਗੈਰਾ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਅਤੇ
ਉੱਥੇ ਮੇਰੇ ਕੋਲ ਮੇਰਾ ਦੋਸਤ ਬੈਠਾ ਸੀ ਮੈਂ ਯਾਨੀ ਕਿ ਆਪਣੇ ਆਪ ਨਾਲ ਕਮਿਟਮੈਂਟ ਕਰਦਾ ਹਰੇਕ ਮਹੀਨੇ ਮੈਂ 5 ਤਰੀਕ ਨੂੰ ਬਾਈ ਨੂੰ ਵੀ ਪਤਾ ਵੀ ਮੈਂ ਸਕਰੀਨਸ਼ਾਟ ਪਾ ਦੇਣਾ ਵੀ ਐਤਕੀ ਆਪਾਂ ਨੂੰ ਇੰਨੇ ਡਾਲਰ ਆਏ ਸਾਰਾ ਕੁਛ ਪੇਜ 'ਤੇ ਪਿਆ ਵੀ ਇਹ ਸੇਵਾ 'ਚ ਜਾਣਗੇ ਜੀ ਠੀਕ ਹੈ ਚਲੋ ਮੈਂ ਉਹਨੂੰ ਦੋਸਤ ਨੂੰ ਕਿਹਾ ਮੈਂ ਗੱਡੀ ਲਿਆਂਦੀ ਸੀਗੀ ਥਾਰ ਅਤੇ ਕਹਿੰਦਾ ਵੀ ਇਹ ਉਹਨੂੰ ਨਹੀਂ ਪਤਾ ਸੀ ਵੀ ਐਵੇਂ ਪੈਸੇ ਆਉਂਦੇ ਉਹਨੂੰ ਸੀਗਾ ਕਿਤੇ ਮੇਰਾ ਮਜ਼ਾਕ ਕਰਦਾ ਦੇਖੋ ਜਿਹਨੂੰ ਨਹੀਂ ਪਤਾ ਉਹਨੇ ਐਂ ਕਹਿਣਾ ਅਤੇ ਮੈਂ ਕਿਹਾ ਵੀ ਆਹ 303 ਡਾਲਰ ਆਏ ਦੇਖ ਲਾ 20-25 ਹਜ਼ਾਰ ਰੁਪਈਆ ਬਣ ਜਾਣਾ ਜੀ ਕਹਿੰਦਾ ਤੇਰੀ ਕਿਸ਼ਤ ਕਿੰਨੀ ਮੈਂ ਕਿਹਾ ਜੀ 16,000 ਰੁਪਈਆ ਇੱਦਾਂ ਹੀ ਗਿਆ ਕਹਿੰਦਾ ਇਹ 'ਚ ਹੋਰ ਪੈਸੇ ਪਾ ਕੇ 2 ਭਰ ਦੇ ਮੈਂ ਕਿਹਾ ਨਹੀਂ ਆਪਾਂ ਖਾਣੇ ਨਹੀਂ ਹੈਗੇ ਵੀ ਇਹ ਆਪਾਂ ਕਮਿਟਮੈਂਟ ਕਰੀਏ ਵੀ ਚਾਹੇ ਰਹਿੰਦੇ ਤੂੰ 1,000 ਡਾਲਰ ਆਉਣ ਲੱਗ ਜੇ ਵੀ ਮੈਂ ਸੇਵਾ 'ਚ ਲਾਊਂਗਾ ਵੀ ਮੈਨੂੰ ਮੇਰੀ ਦੁਕਾਨ ਤੋਂ ਸੈਟਿਸਫਾਈ ਹੈ ਮੇਰੇ ਕੋਲ ਕੱਲ੍ਹ ਇੱਕ ਮੇਰੇ ਕੋਲ ਆਹ ਲੈਵਲ ਆ ਮੇਰਾ ਭਰਾ ਖੜਾ ਵੀ ਚਾਹੇ ਮੇਰੇ ਕੋਲ 1-2 ਬੰਦੇ ਕੰਮ ਕਰਦੇ ਸੀ ਅੱਜ ਮੇਰੇ ਨਾਲ 10 ਬੰਦਿਆਂ ਦੀ ਟੀਮ ਕੰਮ ਕਰਦੀ ਹੈ ਜੀ ਵਿਦਇਨ 1 ਸਾਲ ਠੀਕ ਆ ਮੈਂ ਘਰੋਂ ਵਧੀਆ ਪਰ ਮੈਂ ਆਪਣੇ ਕੰਮ 'ਤੇ ਚਲੋ ਜੀ ਕੀਤਾ ਠੀਕ ਆ ਜੀ ਅਤੇ ਹੋਰ ਵੀ ਸਾਡੇ ਮੁੱਦੇ ਵਾਇਰਲ ਹੋਏ ਕਰਦੇ ਕਰਦੇ ਬਾਈ ਮੈਂ ਸੋਚਿਆ ਦੇਖੋ ਸਭ ਨਾਲੋਂ ਪਹਿਲਾਂ ਜਿਹਨੂੰ ਆਪਾਂ ਨੇੜੇ 'ਤੇ ਜਾਣਦੇ ਹੁੰਦੇ ਹਾਂ ਬਾਈ ਉਹਨਾਂ ਨੂੰ ਫੋਲੋ ਕਰਿਆ ਇਸ਼ੂ ਤੋਂ ਨੰਬਰ ਲੈ ਲਿਆ ਅਸੀਂ ਡਾਕਟਰਾਂ ਦੇ ਜਾਂ ਐਂਬੂਲੈਂਸਾਂ ਦੇ ਅਸੀਂ ਕੇਸ ਕਢਾਉਂਦੇ ਰਹੇ ਠੀਕ ਹੈ ਇਸ਼ੂ ਹੁਣ ਹੀ ਕਹਿੰਦੇ ਸੀ ਇੱਕ ਪ੍ਰੋਸੀਜਰ ਥਰੂ ਕੰਮ ਹੋਊਗਾ ਜਿਹੜਾ ਕਿ ਇਹ ਰੋਜ਼ ਕਰਦੇ ਨੇ 100-200 ਮਰੀਜ਼ ਦੇਖਦੇ ਨੇ ਆਉਂਦੇ ਕਿਸੇ ਨੂੰ 10,000 ਨਹੀਂ ਫੜਾ ਸਕਦੇ ਸਾਨੂੰ ਐਂ ਸੌਖਾ ਲੱਗਦਾ ਸੀਗਾ ਵੀ ਯਾਰ ਅਸੀਂ ਦੇਖੋ ਵਧੀਆ ਸਾਡੀ ਉਹ ਹੈਗੀ ਹੈ ਪੋਸਟ ਰੀਚ ਹੈਗੀ ਹੈ ਵੀ ਅਸੀਂ ਆਪਸ 'ਚ ਜਿੰਮ ਦੇ ਹੀ 100 ਫਰੈਂਡ ਹੈਗੇ ਹਾਂ ਅਤੇ ਆਪਣਾ ਲੋਕ ਇਤਵਾਰ ਕਰਦੇ ਭਾਅ ਜੀ ਜੇ ਮੈਂ ਪਾ ਦੇਵਾਂ ਵੀ 25,000 ਰੁਪਏ ਲੱਗਣਾ ਇੱਥੇ ਅਤੇ ਮੇਰੇ ਕੋਲ 10,000 ਹੈਗਾ ਵਾ 15,000 ਰੁਪਈਆ ਮੈਂ ਇੱਦਾਂ ਹੀ ਚੱਲਦਾ ਸੀ ਚਲੀ ਗਿਆ ਅਤੇ ਮੇਰੇ ਮਨ 'ਚ ਉਹ ਕਹਿੰਦਾ ਫਿਰ ਮੇਰੇ ਮਨ 'ਚ ਆਇਆ ਵੀ ਬਾਈ ਨੂੰ ਕਿੰਨੇ ਪੈਸੇ ਆਉਂਦੇ ਹੋਣ ਸਿੱਧਾ ਮੇਰੀ ਇਸ਼ੂ ਨੇ ਇਸ਼ੂ ਮੇਰਾ ਕਜ਼ਨ ਹੈ ਇਹਨੂੰ ਮੇਰੀ ਕੋਈ ਹੋਰ ਗੱਲ ਦਾ ਗੁੱਸਾ ਲੱਗਿਆ ਹੋਣਾ ਚਲੋ ਹੈ ਨਾ ਵੀ ਮੈਂ ਇਹਨੂੰ ਮੈਸੇਜ ਕੀਤਾ ਵੀ ਵੀਡੀਓ ਦੇਖੀ ਸੀਗੀ ਕਹਿੰਦਾ ਤੂੰ ਨਮੋਲ ਦਾ ਨਾਂ ਲੈ ਮੈਂ ਕਿਹਾ ਲਿਆ ਟੈਗ ਵੀ ਲਿਆ ਤੇਰਾ ਵੀ ਲਿਆ ਤੂੰ ਵੀ ਤਨਖਾਹ ਲੈਂਦਾ ਇੱਦਾਂ ਹੀ ਕਿਹਾ ਮੈਂ ਇੱਦਾਂ ਹੀ ਕਿਹਾ ਬਾਈ ਕੋਈ ਗਲਤ ਤਾਂ ਨਹੀਂ ਇੱਦਾਂ ਹੀ ਕਿਹਾ ਵੀ ਤੁਸੀਂ ਤਨਖਾਹ ਲੈਂਦੇ ਹੀ ਹੋ ਜੇ ਮੈਂ ਮੇਰਾ ਇਹ ਪੁਆਇੰਟ ਸੀ ਜੋ ਮੇਰੇ ਮਨ 'ਚ ਆਇਆ ਠੀਕ ਹੈ ਭਾਜੀ ਵੀ ਮੇਰੇ ਮਨ 'ਚ ਆਇਆ ਵੀ ਜੇ ਮੈਨੂੰ 25,000 ਰੁਪਇਆ ਬਣ ਸਕਦਾ ਹੈ ਤਾਂ ਇਹ 7-8 ਸਾਲ ਦੇ ਚਲਾਉਂਦੇ ਹੈ ਇਹ ਇੱਕ ਪਲੈਟਫਾਰਮ ਨਹੀਂ 5-4 ਪਲੈਟਫਾਰਮ ਯੂਜ਼ ਕਰਦੇ ਆ ਇੰਨੇ ਵਾਇਰਲ ਨੇ ਹੀਰੋ ਨੇ ਮੀਨ ਟੂ ਸੇ ਵੀ ਇਹਨਾਂ ਨੂੰ 15-20 ਲੱਖ ਰੁਪਇਆ ਆਉਂਦਾ ਇਹ ਮੇਰੀ ਸੋਚ ਸੀ ਠੀਕ ਹੈ ਇਹੀ ਸੋਚ ਚਲੋ ਅਸੀਂ ਆਫ ਰਿਕਾਰਡ ਬਹੁਤ ਵਾਰੀ ਲੜੇ ਹੋਵਾਂਗੇ ਇਕੱਠੇ ਪਲੇ ਹਾਂ ਭਾਅ ਜੀ ਹੈ ਨਾ ਦਰਾਹੇ ਦੇ ਹੈਗੇ ਹਾਂ ਅਤੇ ਮੈਨੂੰ ਇਹ ਖੈ ਖੂ ਕੇ ਕਹਿੰਦਾ ਜੇ ਲੱਤਾਂ ਭਾਰ ਝੱਲਦੀਆਂ ਨੇ ਬਾਈ ਦੇ ਮੂਹਰੇ ਜਾ ਉੱਥੇ ਸੇਵਾ ਹੁੰਦੀ ਦੇਖ ਉੱਥੇ ਲਾਈਵ ਹੋ ਕੇ ਦਿਖਾ ਆਪਾਂ ਥੋੜ੍ਹੇ ਜਿਹੇ ਇਮੋਸ਼ਨਲ ਆ ਠੀਕ ਹੈ ਅਤੇ ਦੂਜੀ ਗੱਲ ਉਹਨੇ ਇਹ ਗੱਲ ਕਹੀ ਵੀ ਤੇਰੇ ਆਏ ਤੇਰੇ ਵਰਗੇ 36 ਆਏ 36 ਗਏ ਅਨਮੋਲ ਦਾ ਕੁਛ ਨਹੀਂ ਕਰ ਸਕਦੇ ਠੀਕ ਆ ਮੈਂ ਕਦੀ ਵੀ ਇਹਦਾ ਕੁਛ ਨਹੀਂ ਮਾੜਾ ਜੇ ਇਹਦੇ ਕਰਕੇ ਤਾਂ ਡੋਨਰ ਜਾਂ ਇੱਕ ਵੀ ਪੇਸ਼ੈਂਟ ਹੁਣ ਵੀ ਆਪਾਂ ਇੰਨੇ ਬੰਦੇ ਆਏ ਹਾਂ ਵੀਰੇ ਜੇ ਇੱਕ ਵੀ ਪੇਸ਼ੈਂਟ ਨੂੰ ਸੇਵਾ ਨਾ ਮਿਲੇ ਉਹ ਲਾਨ ਤਾਂ ਮੈਨੂੰ ਹੀ ਪੈਣੀ ਇਹ ਮੈਂ ਮੰਨਦਾ ਠੀਕ ਆ ਜੀ ਪਰ ਜਿਹੜੀ ਮੇਰੀ ਗੱਲ ਸੀ ਦੇਖੋ ਈਗੋ ਹਰਟ ਹੋ ਗਈ ਮੈਂ ਲਾਈਵ ਹੋ ਗਿਆ ਮੈਂ ਉਹਦੇ ਬਾਰੇ ਬਹੁਤ ਬੋਲਿਆ ਰੱਜ ਕੇ ਬੋਲਿਆ ਲੋਕੀ ਅਨਮੋਲ ਦੇ ਇਹ ਤੋਂ ਵੀ ਡਰਦੇ ਆ ਮੈਂ ਫੁੱਲ ਨਾ ਟੈਗ ਵੀ ਕੀਤਾ ਨਹੀਂ ਡਰਦੇ ਕੋਈ ਨਹੀਂ ਬਾਈ ਦੇਖੋ ਇੱਕ ਐਕਸੈਪਸ਼ਨ ਹੁੰਦੀ ਆ ਤੁਹਾਡੇ ਕੋਲ ਇੱਕ ਨਹੀਂ ਯਾਰ ਬਾਈ ਡਰਦੇ ਨਹੀਂ ਕੋਈ ਡਰਦਾ ਮੇਰੇ ਤੋਂ ਬਾਈ ਡਰਦੇ ਹੋ ਤਾਂ ਮੈਂ ਵੀ ਕਹੂੰਗਾ ਬਾਈ ਮੇਰੇ ਡਰਨਾ ਨਹੀਂ ਚਾਹੀਦਾ ਕਿਸੇ ਤੋਂ ਡਰਨਾ ਚਾਹੀਦਾ ਇੱਕ ਬਾਈ ਜੀ ਤੁਹਾਡਾ ਉਹ ਲੈਵਲ ਹੈ ਹਰੇਕ ਬੰਦਾ ਤੁਹਾਡੇ ਨਾਲ ਐਵੇਂ ਬਹਿ ਜਾਊਗਾ ਬਿਲਕੁਲ ਨਹੀਂ ਨਹੀਂ ਬਾਈ ਜੇ ਮੈਂ ਤੁਹਾਨੂੰ ਇੰਨੇ ਵਧੀਆ ਤਰੀਕੇ ਨਾਲ ਦੇਖੋ ਅਟੈਂਡ ਕਰ ਰਿਹਾ ਆਪਾਂ ਗੱਲ ਦੇਖੋ ਆਪਾਂ ਅੱਜ ਗੱਲਬਾਤ ਕਰਨ ਲਈ ਬੈਠੇ ਹਾਂ ਆਪਾਂ ਬੈਠੇ ਹਾਂ ਜੇ ਮੇਰਾ ਹੋਵੇ ਨਹੀਂ ਜੀ ਮੈਂ ਤਾਂ ਲਾਈਵ ਹੋ ਕੇ ਜਵਾਬ ਦੇਣਾ ਹਨਾ ਉਹ ਨਹੀਂ ਹੈਗਾ ਜੇ ਆਪਾਂ ਕੋਈ ਜੇ ਕੋਈ ਬੰਦਾ ਆਪਾਂ ਇੰਟਰਵਿਊ 'ਚ ਵੀ ਸੁਣੂਗਾ ਵੀ ਝੂਠ ਬੋਲਿਆ ਬਾਈ ਉੱਥੇ ਬਿਲਕੁਲ ਸੱਚ ਚੱਲ ਰਿਹਾ ਸਭ ਕੁਝ ਸੱਚ ਚੱਲ ਰਿਹਾ ਹਨਾ ਮੈਂ ਗਿਆ ਬਾਈ ਮੈਂ ਫਰਸਟ੍ਰੇਟ ਹੋ ਗਿਆ ਮੈਂ ਬੋਲਿਆ ਉਹ ਲਾਈਵ ਤੇ ਬਘੇਲ ਸਿੰਘ ਵੀ ਆਏ ਚਾਚਾ ਉਹ ਥੋੜਾ ਇਹਨਾਂ ਨੂੰ ਕਰ ਦਿਆ ਪਹਿਲੀ ਵਾਰੀ ਨਾ ਅੱਜ ਤੋਂ 3 ਮਹੀਨੇ ਪਹਿਲਾਂ ਬਘੇਲ ਸਿੰਘ ਵੀ ਬੋਲਿਆ ਚਾਚਾ ਕਹਿੰਦੇ ਉਹਨੂੰ ਸਾਰੇ ਪੇਜ ਰਨ ਕਰਦੇ ਨੇ ਅਮਰੀਕਾ ਤੋਂ ਚਾਚਾ ਬਘੇਲ ਸਿੰਘ ਠੀਕ ਹੈ ਉਹਨਾਂ ਨੇ ਇਹ ਅਨਮੋਲ ਦੇ ਲਈ ਔਰ ਆਪਣੇ ਮਿੰਟੂ ਭਾਅ ਜੀ ਵਾਸਤੇ ਬਗਲਤ ਬੋਲਿਆ ਸੀ ਮੈਂ ਪੇਜ ਰਨ ਕਰਦਾ ਮੈਨੂੰ ਲੱਗਿਆ ਸੀ ਆਪਣੇ ਸਪਲੀਮੈਂਟਲ ਸਟੋਰ 'ਤੇ ਬੈਠੇ ਵੀ ਸਾਡੇ ਏਰੀਏ ਦੀ ਸ਼ਾਨ ਹੈਗੀ ਆ ਪਈ ਆ ਭਾਅ ਜੀ ਉਹ ਵੀ ਵੀਡੀਓ ਠੀਕ ਹੈ ਵੀ ਐਂ ਨਹੀਂ ਯਾਰ ਤੂੰ ਬੋਲ ਸਕਦਾ ਹਾਲੇ ਕਿ ਮੈਨੂੰ ਬਹੁਤ ਬੰਦਿਆਂ ਨੇ ਕਿਹਾ ਤੂੰ ਉਹਨਾਂ ਪੰਗਾ ਨਾ ਲੈ ਠੀਕ ਹੈ ਵੀ ਉਹ ਤੇਰਾ ਐਂ ਕਰ ਦੂੰ ਉਹ ਕਰ ਦੂੰ ਸਿੱਧਾ ਗਿਆ ਜੀ ਠੀਕ ਹੈ ਪਰ ਮੈਂ ਵੀਡੀਓ ਡਿਲੀਟ ਨਹੀਂ ਕਰੀ ਮੈਂ ਇੱਦਾਂ ਹੀ ਗਿਆ ਉਹਨੇ ਮੈਨੂੰ ਥੱਲੇ ਵੀ ਕਿਹਾ ਮੇਰੇ ਨਾ ਪੇਜ 'ਤੇ ਥੱਲੇ ਸਟਾਰ ਆਉਂਦੇ ਜੇ ਕਿਸੇ ਨੇ ਗਰੋਸਰੀ ਦੇਣੀ ਹੁੰਦੀ ਆ ਸਟਾਰ ਉਹ 'ਚ ਹੈਲਪ ਕਰਨਗੇ ਠੀਕ ਹੈ ਜੀ ਉਹ ਮੈਡਮ ਨੇ ਐਕਸਿਸ ਵਾਲੀ ਮੈਡਮ ਨੇ ਲਾ ਕੇ ਦਿੱਤਾ ਸੀਗਾ ਅਤੇ ਕਰਦੇ ਕਰਦੇ ਬਾਈ ਅਸੀਂ ਬਹਿਸ ਪਈ ਇਹ ਇਸ਼ੂ ਦੀ ਦਰਾਹੇ 'ਚ ਵਧੀਆ ਸੈਟਅਪ ਹੈ ਕਿਉਂਕਿ ਦਰਾਹੇ ਦਾ ਇਹ ਮੰਨ ਗਿਆ ਜੀ ਬੇਇੱਜ਼ਤੀ ਖਾਸ ਬੇਇੱਜ਼ਤੀ ਬਣਨੀ ਸੀ ਮੈਂ ਗਲਤ ਗੱਲਾਂ ਕਹੀਆਂ ਸੀ ਗਲਤ ਗੱਲਾਂ ਨਹੀਂ ਕਹੀਆਂ ਇਸ਼ੂ ਚਾਹੇ ਨਹੀਂ ਤਨਖਾਹ ਲੈਂਦਾ ਬਾਈ ਹੁਣੀ ਕੁਰਸੀਆਂ ਲਾਉਣ ਵਾਲਿਆਂ ਨੂੰ ਜਾਂ ਹੋਰ ਨੂੰ ਤਾਂ ਬਾਈ ਦਿੰਦੇ ਬਿਲਕੁਲ ਬਿਲਕੁਲ ਐਡੀਟਿੰਗ ਵਾਲੇ ਨੂੰ ਤਾਂ ਦਿੰਦੇ ਹੋ ਨਾ ਮੈਂ ਵਿੱਚ ਇਸ਼ੂ ਨੂੰ ਵੀ ਕਹਿਤਾ ਠੀਕ ਹੈ ਇਸ਼ੂ ਉਹਨਾਂ ਨੇ ਰਾਤੋ ਰਾਤ ਕਹਿਤਾ ਵੀ ਇਹ ਫੇਮਸ ਹੋਣ ਲਈ ਕਰਦਾ ਠੀਕ ਆ ਮੇਰੇ ਲਈ ਗੁਰੂ ਘਰ ਤੋਂ ਉੱਤੇ ਕੁਛ ਨਹੀਂ ਸੀ ਮੈਂ ਕਟਾਣਾ ਸਾਹਿਬ ਨੂੰ ਮੰਨਦਾ ਜੀ ਮੈਂ ਜਾ ਕੇ ਮੱਥਾ ਟੇਕਿਆ ਮੈਨੂੰ ਕੁਛ ਨਾ ਸਮਝ ਆਵੇ ਵੀ ਇਹ ਤਾਂ ਧੱਬਾ ਲੱਗ ਗਿਆ ਵੀ ਲੋਕੀ ਕਹਿਣਗੇ ਵੀ ਅਨਮੋਲ ਦਾ ਨਾਮ ਲੈ ਕੇ ਫੇਮ ਹੋ ਸਕਦਾ ਹਾਲੇ ਕਿ ਮੇਰਾ ਪੇਜ ਅਡਾ ਸਕਦੇ ਨੇ ਇਹ ਨਹੀਂ ਮੈਂ ਨਹੀਂ ਅਡਾ ਸਕਦਾ ਇਦਾਂ ਕੋਈ ਕਿਸੇ ਦਾ ਪੇਜ ਨਹੀਂ
ਪਤਾ ਕਿਉਂ ਆਪਣੇ ਵੱਲ ਵੀ 50 ਬੰਦੇ ਨੇ ਬੋਲਣ ਵਾਲੇ ਮੈਂ ਪਹਿਲਾਂ ਤੁਹਾਨੂੰ ਬਿਨਾਂ ਕਿਸੇ ਰਿਕੁਐਸਟ ਕਰਤੀ ਨਾ ਬੋਲੋ ਆ ਮੀਡੀਆ ਵਾਲੇ ਖੜੇ ਨੇ ਪੇਜ ਉੜ ਜਾਂਦੇ ਨੇ ਇਦਾਂ ਕਿਸੇ ਦੇ ਆ ਲੋ ਆ ਮੀਡੀਆ ਖੜਾ ਪੂਰਾ ਮੋਰੇ ਲੱਗਿਆ ਭਾਜੀ ਮੈਂ ਕਹਿਤਾ ਮੈਂ ਝੂਠ ਗਲਤ ਵੀ ਹੋ ਸਕਦਾ ਕੋਈ ਝੂਠ ਨਹੀਂ ਗਲਤ ਹੋ ਸਕਦਾ ਕਿਤੇ ਇੱਕ ਗੱਲ ਨਹੀਂ ਲੱਗੀ ਤੁਹਾਨੂੰ ਕਿਸੇ ਨੇ ਤੁਹਾਡੇ ਮਨ ਦੇ ਵਿੱਚ ਕਿਸੇ ਨੇ ਕਰਕੇ ਇੱਕ ਸ਼ਰਾਰਤ ਸਾਜ਼ਿਸ਼ ਹੋ ਗਈ ਲੱਗਿਆ ਨਹੀਂ ਤੁਹਾਨੂੰ ਮੇਰੇ ਨਾਲ ਅੱਜ ਤੱਕ ਕਿਸੇ ਨੇ ਕਿਹਾ ਕਿ ਸਾਜ਼ਿਸ਼ ਦੇਖੋ ਸੇਵਾ ਕਰਦੇ ਨੇ ਪੈਸੇ ਮੌਸਮ ਵਾਲ ਸੇਵਾ ਦੇ ਆਪਣਾ ਸੇਵਾ ਬਹੁਤ ਕਿਸੇ ਨੂੰ ਟਾਈਮ ਦੇਣਾ ਬਹੁਤ ਔਖਾ ਜੀ ਆਪਣੇ ਘਰ ਦੇ ਨੂੰ ਟੱਚ ਨਹੀਂ ਬਹੁਤ ਔਖਾ ਅਗਲਾ ਪੁਆਇੰਟ ਸੁਣ ਲਓ ਹੁੰਦੇ ਆਂਦੇ ਪਤਾ ਨਹੀਂ ਕਿੱਦਾਂ ਕਿੱਦਾਂ ਜੱਸਾ ਸਾਹਿਬ ਅਗਲਾ ਪੁਆਇੰਟ ਉਹਨਾਂ ਨੂੰ ਗੱਲ ਲੱਗ ਮੈਂ ਦੱਸਦਾ ਵੀ ਮੈਂ ਕਿਵੇਂ ਕਹਿਣ ਮੈਨੂੰ ਕੀ ਪਿੰਚ ਹੋਈ ਉਹਦੇ ਚੋਂ ਗੱਲ ਇਹ ਤਾਂ ਗੱਲ ਨਹੀਂ ਐਂਡ ਤੇ ਮੈਂ ਦੱਸਦਾ ਵੀ ਮੈਂ ਸਿੱਧਾ ਹੀ ਮੋਰਲ ਆਫ ਦਾ ਸਟੋਰੀ ਤੇ ਆਨਾ ਵੀ ਜੇ ਮੈਨੂੰ 25,000 ਆਂਦਾ ਮੈਂ ਅਸਿਊਮ ਕਰ ਲਿਆ ਵੀ ਇਹਨਾਂ ਨੂੰ 15 ਲੱਖ ਆਂਦਾ ਤੇ ਮੈਂ ਕਿਹਾ ਵੀ ਜੇ 15 ਲੱਖ ਲੈ ਕੇ ਸੇਵਾ ਕਰਦੇ ਨੇ ਤਾਂ ਇਹ ਸੇਵਾਦਾਰ ਹੈ ਨਹੀਂ ਸਮਝੇ ਗੱਲ ਮੈਂ ਕਲੀਅਰ ਕਰਦਾ ਨਾ ਵੀ 15 ਲੱਖ ਲੈ ਕੇ ਜਾਂ 13-20 ਲੱਖ ਰੁਪਏ ਕਮਾ ਕੇ ਪੇਜਾਂ ਤੋਂ ਵੀ ਜੇ ਸੇਵਾ ਕਰਦੇ ਨੇ ਤਾਂ ਹੈ ਨਹੀਂ ਇਹਨਾਂ ਨੂੰ ਹਿਸਾਬ ਦੇਣਾ ਚਾਹੀਦਾ ਈਸ਼ੂ ਦਾ ਇਹ ਕੰਮ ਸੀ ਵੀ ਈਸ਼ੂ ਦਾ ਮੈਂ ਕਜ਼ਨ ਸੀ ਈਸ਼ੂ ਮੈਨੂੰ ਕਹਿੰਦਾ ਵੀ ਤੂੰ ਸ਼ਾਮ ਨੂੰ ਅਨਮੋਲ ਨਾਲ ਚੱਲ ਇੱਦਾਂ ਹੋ ਸਕਦਾ ਸੀ ਨਾ ਭਾਜੀ ਮੈਂ ਜੇ ਕੱਟਾਂ ਵਿੱਚ ਉਹ ਲਾਈਵ ਕਰਨ ਤੋਂ ਪਹਿਲਾਂ ਹੋ ਸਕਦਾ ਸੀ ਕਿ ਮੇਰੇ ਮਨ 'ਚ ਡਾਊਟ ਹੈ ਪਹਿਲਾਂ ਸੀਗਾ ਵੀ ਜਿਹੜੇ ਵੀ ਸੇਵਾ ਦੇ ਪੇਜ ਚਲਾਉਂਦੇ ਨੇ ਜੇ ਕੋਈ ਬਲੌਗਰ ਪੇਜ ਚਲਾਉਂਦਾ ਸੀ ਉਹਨੂੰ ਨਹੀਂ ਕੁਐਸਚਨ ਤੁਸੀਂ ਮੇਰਾ ਸਿੱਧਾ ਪੋਸਟ ਤੇ ਨਾਮ ਲਿਖ ਕੇ ਪਾਇਆ ਸੀ ਜੇ ਤੁਸੀਂ ਸਿਰਫ ਲਿਖਦੇ ਨਾ ਸਮਾਜ ਸੇਵਕ ਪਹਿਲਾਂ ਨਹੀਂ ਉਹ ਆਪਾਂ ਸਭ ਤੋਂ ਪਹਿਲਾਂ ਛੇੜੇ ਨਾਮ ਤੋਂ ਛੇੜੇ ਚਲੋ ਅੱਗੇ ਤੁਸੀਂ ਖਤਮ ਕਰੋ ਚਲੋ ਆ ਖਤਮ ਹੋ ਗਿਆ ਹਾਂਜੀ ਤੇ ਇਦਾਂ ਗੱਲ ਹੋਈ ਜਿਵੇਂ ਹੁਣ ਹੀਰਾ ਜੀ ਇੱਥੇ ਟਾਈਮ ਦਿੰਦੇ ਨੇ ਚਲੋ ਤੁਹਾਡਾ ਮੈਨੂੰ ਨਾਮ ਪਤਾ ਬਾਈ ਦਾ ਪਤਾ ਵੀ ਇਹ ਤਾਂ ਤੁਹਾਡਾ ਕੀਤਾ ਤੁਹਾਨੂੰ ਉਹਦੇ ਪੈਸੇ ਜਾਂ ਵਿਊਜ਼ ਮਿਲਨੇ ਮਿਲਨੇ ਆ ਜੇ ਕੋਈ ਸੇਵਾ ਕਰਕੇ ਕਹਿੰਦਾ ਹਨਾ ਚਲੋ ਬਾਈ ਗੱਲਾਂ ਵਧੀਆ ਵੀਰੇ ਦਾ ਆਪ ਫੋਨ ਆਇਆ ਇਹਨੇ ਫੋਨ ਕੀਤਾ ਮੈਨੂੰ ਮੈਂ ਕਟਾਣਾ ਸਾਹਿਬ ਜਾ ਕੇ ਕਹਿਤਾ ਵੀ ਮੈਨੂੰ ਗੁਰੂ ਸਾਹਿਬ ਤੋਂ ਅੱਗੇ ਕੁਛ ਨਹੀਂ ਮੈਂ ਫੇਮਸ ਹੋਣ ਲਈ ਨਹੀਂ ਕੀਤਾ ਜੋ ਮੇਰੇ ਮਨ 'ਚ ਸੀ ਮੈਂ ਉਹ ਕਹਿਤਾ ਅਤੇ ਵੀ ਇਸ਼ੂ ਹੁਣ ਗੁਰਦੁਆਰੇ ਜਾ ਕੇ ਕਹਿ ਦੇ ਮੈਂ ਤਨਖਾਹ ਨਹੀਂ ਲੈਂਦਾ ਕਿਉਂਕਿ ਉਹ ਮੈਂ ਉਹਨੂੰ ਮੇਰੇ ਨਾਲ ਰਹਿੰਦਾ ਮੈਨੂੰ ਵਧੀਆ 30-50 ਮਿਲੇ ਪਰ ਇੱਕ ਬੰਦਾ ਕਹਿੰਦਾ ਮੈਂ ਤਨਖਾਹ ਨਹੀਂ ਲੈਂਦਾ ਯਾਰ ਮੈਂ ਕੰਮ ਕਰਦਾ ਅਤੇ ਉਹ ਫਿਰ ਸਾਡੇ 'ਤੇ ਆਸਾਨ ਹੋ ਗਿਆ ਵੀ ਤੁਸੀਂ ਤਾਂ ਗੱਲਬਾਤ ਵੀ ਹੈ ਨਾ ਚਲੋ ਉਹ ਆਹ ਗੱਲ ਹੋਈ ਉਹ ਜ਼ਿਆਦਾ ਹੋ ਗਿਆ ਵੀਰੇ ਨੇ ਮੈਨੂੰ ਫੋਨ ਆਇਆ 55 ਨੰਬਰ ਤੋਂ ਠੀਕ ਹੈ ਇੱਦਾਂ ਹੀ ਹੋਇਆ ਭਾਈ 9:15 ਦੇ ਵੀਰੇ ਦਾ ਫੋਨ ਆਇਆ ਪਹਿਲਾਂ ਕੱਟੇਗਾ ਦੂਜਾ ਚੱਕਿਆ ਬਾਈ ਨੇ ਕਿਹਾ ਵੀ ਜੇ ਤੂੰ ਰਿਕਾਰਡਿੰਗ ਕਰਨੀ ਹੈ ਕੋਈ ਫੋਨ 'ਤੇ ਇੱਦਾਂ ਹੀ ਕਿਹਾ ਬਿਲਕੁਲ 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 ਮੈਂ ਕਿਹਾ ਵੀਰੇ ਮੈਂ ਨਾ ਅੱਜ ਤੱਕ ਕਿਸੇ ਦੀ ਰਿਕਾਰਡਿੰਗ ਕਰੀ ਅਤੇ ਨਾ ਸਕਰੀਨ ਸ਼ੋਟ ਲਏ ਠੀਕ ਹੈ ਜੀ ਇਹ ਮੈਂ ਕਦੀ ਆਹ ਕੰਮ ਨਹੀਂ ਕਰਿਆ ਤੁਸੀਂ ਫੋਨ ਚੱਲੋ ਅਸੀਂ ਘੰਟਾ ਗੱਲ ਕਰੀ ਇਹਨਾਂ ਨੇ ਸਮਝਾਇਆ ਵੀ ਸੇਠੀ ਤੂੰ ਹਲੇ ਬਹੁਤ ਛੋਟੇ ਲੈਵਲ 'ਤੇ ਆ ਵੀ ਤੂੰ 15-20 ਕੇਸ ਕੱਢੇ ਆ ਜਾਂ ਤੂੰ ਮਾੜੇ ਮੋਟੇ ਘਰਾਂ ਦਵਾਈ ਦਿੱਤੀ ਆ ਜਾਂ ਤੂੰ ਸਾਡੇ ਕੋਲ ਆ ਜਾਏਗਾ ਨਾ ਤੈਨੂੰ ਸਮਝ ਆ ਜੂਗਾ ਬਾਕੀ ਜਿਹੜੇ ਬੰਦੇ ਬਾਈ ਦੇ ਐਂਟੀ ਸੀਗੇ ਐਂਟੀ ਤਾਂ ਜੀ ਹੋਣੇ ਹੀ ਹੋਣੇ ਸੀਗੇ ਜਿਹੜੇ ਵੀ ਨਾਲ ਰਹੇ ਸੀਗੇ ਆਪਾਂ ਨੇ ਉਹਨਾਂ ਦਾ ਇੱਕ ਵੀ ਪੁਆਇੰਟ ਨਹੀਂ ਚੱਕਿਆ ਆਪਾਂ ਉਹਨਾਂ ਦੀ ਕੋਈ ਗੱਲ ਕੈਮਰੇ 'ਤੇ ਨਹੀਂ ਕਰੀ ਪਰ ਮੈਂ ਕਰੂੰਗਾ ਉਹਨਾਂ ਨਾਲ ਗੱਲ ਕਰੋ ਬਾਈ ਸਾਰਾ ਤੁਸੀਂ ਕੰਪਲੀਟ ਕਰ ਦਿਓ ਇੱਕ ਵਾਰੀ ਫਿਰ ਮੈਂ ਆਉਣਾ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਕਰਦੀ ਨਹੀਂ ਕਰਦੀ ਬਿਲਕੁਲ ਹਲੇ ਕਿ ਪੂਰੀ ਰੀਲਾਂ ਭਰੀਆਂ ਗਈਆਂ ਸਾਰਾ ਕੁਝ ਹੋਇਆ ਤੁਹਾਨੂੰ ਪਤਾ ਜੀ ਠੀਕ ਹੈ ਮੈਂ ਕੋਈ ਨਹੀਂ ਮੈਂ ਇਹੀ ਕਹਿ ਮੇਰੇ 2 ਪੁਆਇੰਟ ਨੇ ਵੀ ਇੱਕ ਇਸ਼ੂ ਨੇ ਜਾਣੇ ਜਾਣੇ 'ਚ ਕਹਿਤਾ ਖੁੰਦਕ 'ਚ ਕਹਿਤਾ ਵੀ ਲਾਈਵ ਹੋ ਕੇ ਦਿਖਾ ਲਾ ਬਾਈ ਮੈਂ ਆ ਗਿਆ ਲਾਈਵ ਚੱਲਦਾ ਦੂਜੀ ਗੱਲ ਬਾਈ ਪੈਸਿਆਂ ਦੀ ਕਹੀ ਇਹਨੇ ਮੇਰੇ ਕੋਲ ਬਾਈ ਹੁਣੀ ਆਏ ਠੀਕ ਆ ਅਸੀਂ ਫੋਨ 'ਤੇ ਗੱਲ ਕਰੇ ਉਹ ਕਹਿੰਦਾ ਤੂੰ ਚਾਹੁੰਦਾ ਕੀ ਹੈ ਮੈਂ ਕਿਹਾ ਬਾਈ ਮੈਂ ਕੁਛ ਨਹੀਂ ਚਾਹੁੰਦਾ ਮੈਂ ਦੇਖਣਾ ਚਾਹੁੰਦਾ ਤੈਨੂੰ ਕਿੰਨੇ ਪੈਸੇ ਆਉਂਦੇ ਨੇ ਅਤੇ ਮੈਂ ਫੇਸਬੁੱਕ ਤੋਂ ਦੇਖਣਾ ਚਾਹੁੰਦਾ ਐਂ ਕਿਹਾ ਬਿਲਕੁਲ ਬਿਲਕੁਲ ਜਦ ਮੈਂ ਯੂਟਿਊਬ ਦਾ ਪੇਜ ਨਹੀਂ ਬਾਈ ਮੇਰੇ ਕੋਲ ਕੁਛ ਹੋਰ ਨਹੀਂ ਹੈਗਾ ਬਈ ਮੈਂ ਐਵੇਂ ਕਿਹਾ ਵੀ ਮੈਂ ਇਹ ਦੇਖਣਾ ਚਾਹੁੰਦਾ ਇਹ ਕਹਿੰਦਾ ਫਿਰ ਮੁੱਦਾ ਕਿਵੇਂ ਹੱਲ ਹੋਊ ਵੀ ਇਸ਼ੂ ਦੇ ਘਰ ਦੇ ਮੈਂ ਕਿਹਾ ਵੀ ਮੇਰੇ ਵੀ ਤਾਏ ਚਾਚੇ ਹੀ ਨੇ ਠੀਕ ਆ ਵੀ ਦਰਾਹੇ 'ਚ ਜਿਨ੍ਹਾਂ ਨੇ ਸਵਾਦ ਲੈਣ ਵਾਲੇ ਇੱਕ ਬਹੁਤ ਵਧੀਆ ਚਲੋ ਬਾਈ ਤੁਸੀਂ ਪੱਤਰਕਾਰ ਹੋ ਇੱਕ ਬਹੁਤ ਵਧੀਆ ਫੇਮਸ ਬੰਦੇ ਨੇ ਕੀ ਕੀਤਾ ਸੇਮ ਮੈਨੂੰ ਸੇਮ ਮੇਰੇ ਵਾਲਾ ਸਕਰੀਨਸ਼ਾਟ ਚੱਕ ਕੇ ਨਹੀਂ ਨਹੀਂ ਉਹਨਾਂ ਨੇ ਇਹਨਾਂ ਨੂੰ ਕਹਿਤਾ ਕਿ ਚੱਕ ਕੇ ਫੱਟੇ ਚੱਕ ਕੇ ਰੱਖ ਆਪਾਂ ਤੇਰੇ ਨਾਲ ਉਧਰੋਂ ਇਸ਼ੂ ਨੂੰ ਮੈਸੇਜ ਪਾਤਾ ਕਿ ਅਸੀਂ ਤੇਰੇ ਨਾਲ ਚੱਕ ਦੇ ਫੱਟੇ ਹਾਂ ਇਹ ਦੋਨੋਂ ਸਕਰੀਨਸ਼ਾਟ ਇਕੱਠੇ ਹੋ ਗਏ ਦੋਨੇ ਇਕੱਠੇ ਹੋ ਗਏ ਜਿਵੇਂ ਉਹਨੇ ਮੈਨੂੰ ਕਿਹਾ ਵੀ ਚੱਕ ਦੇ ਫੱਟੇ ਇਹਨਾਂ ਦੀ ਦੁੱਖ ਦੀ ਰੱਗ ਤੇ ਹੱਥ ਧਰਤਾ ਮੈਂ ਕਿਹਾ ਓਕੇ ਬਾਈ ਮੈਂ ਕੁਛ ਅੱਗੇ ਨਹੀਂ ਲਿਖਿਆ ਉਹ ਤਾਂ ਮੇਰੇ ਬਾਈ ਬੰਦੇ ਤਾਂ ਗਾਲਾਂ ਵੀ ਕਹਿੰਦੇ ਉਹ ਸੇਮ ਬੰਦਾ ਸੇਮ ਬੰਦਾ ਉਂਗਲ ਲਾਣ ਵਾਲੇ ਮੈਂ ਦੱਸੂਗਾ ਬਾਈ ਮੈਂ ਪਹਿਲਾਂ ਇਹੀ ਸਵਾਲ ਸੀ ਲੱਗਦਾ ਨਹੀਂ ਕਿਤੇ ਸਾਜ਼ਿਸ਼ ਰਚਕਾਰ ਹੋ ਗਿਆ ਨਹੀਂ ਸਾਜ਼ਿਸ਼ ਬਿਲਕੁਲ ਵੀ ਨਹੀਂ ਜਿੱਦਾਂ ਤੁਹਾਨੂੰ ਦੋਨਾਂ ਮੇਰਾ ਵੀ ਸਵਾਲ ਹੈ ਹਾਂਜੀ ਭਾਜੀ ਆਪਣੀ ਉਹ ਲਾਈਵ ਵੀਡੀਓ ਦੇ ਵਿੱਚ ਕੁਝ ਲੋਕਾਂ ਦੇ ਨਾਮ ਲਏ ਸੀਗੇ ਤੁਸੀਂ ਕਿਹਾ ਸੀ ਵੀ ਇਹਨਾਂ ਦੇ ਨਾਲ ਉਹ ਜੁੜੇ ਹੋਏ ਨੇ ਉਹਨਾਂ ਨੇ ਕੰਮ ਕੀਤੇ ਵੀ ਉਹਨਾਂ ਨੇ ਤੁਹਾਨੂੰ ਬਹੁਤ ਕੁਝ ਦੱਸਿਆ ਬਹੁਤ ਕੁਝ ਦੱਸਿਆ ਵੀ ਇਹ ਹੈਗਾ ਤੁਸੀਂ ਕਿਹਾ ਸੀਗਾ ਵੀ ਮੈਂ ਲੈ ਕੇ ਵੀ ਆਉਂਗਾ ਮੈਂ ਲੈ ਕੇ ਵੀ ਆਉਂਗਾ ਮੈਂ ਸਾਰੀ ਗੱਲ ਤੇ ਬਾਈ ਆਪਾਂ ਕਿਹਾ ਨਾ ਗੱਲ ਸਾਡੀ ਉਹ ਆਇਆ ਹੀ ਨਹੀਂ ਕੋਈ ਵੀ ਨਹੀਂ ਆਇਆ ਮੈਂ ਤੁਹਾਨੂੰ ਦੱਸਦਾ ਇੱਕ ਸੇਵਕ ਨੂੰ ਛੱਡ ਕੇ ਬਾਈ ਪਟਿਆਲੇ ਦੀ ਟੀਮ ਚੱਲ ਲਾਂਦਾ ਸੀਗਾ ਤੇ ਕੋਈ ਨਹੀਂ ਆਇਆ ਤੇ ਮੈਂ ਉਹਨਾਂ ਦਾ ਵੀ ਦੱਸ ਕੇ ਜਾਊਂ ਮੈਂ ਕਿਸੇ ਦਾ ਭਾਈ ਉਹ ਨਹੀਂ ਹੈਗਾ ਜੇ ਮੈਨੂੰ ਰੀਲਾਂ ਭਰਦੇ ਰਹੇ ਹੁਣ ਮੈਂ ਉਹਦੇ ਕਹੇ ਤੇ ਸਕਰੀਨਸ਼ਾਟ ਪਾ ਆਂਦਾ ਤੇ ਮੈਂ ਤਾਂ ਜ਼ੀਰੋ ਮੇਰਾ ਮਨ ਆ ਉਹਨਾਂ ਦੀ ਫੋਟੋਆਂ ਲੈ ਕੇ ਮੈਂ ਲਾਈਵ ਹੋਣਾ ਸੀ ਜਿੱਥੇ ਵੀ ਮਿਲਦੇ ਨੇ ਪਲੀਜ਼ ਇਹਨਾਂ ਨੂੰ ਰੋਕੋ ਗੱਲ ਸੁਣ ਮੇਰੀ ਹਨਾ ਆਪਾਂ ਇਹੀ ਗੱਲ ਹੈ ਤੇਰੇ ਨਾਲ ਹੋਇਆ ਨਾ ਪਹਿਲੀ ਗੱਲ ਤਾਂ ਦੇਖੋ ਸਾਰੀ ਕਾਨਫਰੰਸ
मेरे लिए गल्लां की चल दी है अज दो मुद्दे ते गल खत्म हो रही है ਬਾਈ ਮੈਂ ਤਾਂ ਮੈਂ 101 ਦੱਸ ਤੇ ਮੈਂ ਦਿਖਾ ਤੇ ਸਕਰੀਨਸ਼ਾਟ ਫੇਸਬੁੱਕ ਤੇ ਪੁੱਛਿਆ ਹਾਂ ਇਹ ਮੈਂ ਮੀਡੀਆ ਤੇ ਨਹੀਂ ਦੱਸਣਾ ਪਤਾ ਕਿਉਂ ਇਹ ਮੀਡੀਆ ਤੇ ਮੈਂ ਉਸ ਬੰਦੇ ਨੂੰ ਦੱਸੂਗਾ ਜਿਹੜਾ ਮੇਰਾ ਚੈਲੰਜ ਅਸੈਪਟ ਕਰੇ ਮੇਰੀ ਫੇਸਬੁੱਕ ਦੀ ਜਿੰਨੀ ਕਮਾਈ ਹੈ ਮੈਂ ਸਾਰੀ ਦਊਂਗਾ ਫੋਰ ਭਾਵੇਂ ਗੁਰਸੇਵਕ ਜੀ ਨੇ ਜਾਂ ਕੂਵਰ ਜੀ ਨੇ ਕੋਈ ਵੀ ਬੰਦਾ ਉਹ ਕਵੇ ਮੈਂ ਹੱਥ ਖੜਾ ਕਰਦਾ ਕੱਲ ਤੋਂ ਸੈਂਜੂ ਨੂੰ ਮੈਨੇਜ ਮੈਂ ਕਰੂੰਗਾ ਮੇਰੀ ਸਾਰੀ ਕਮਾਈ ਉਹਨਾਂ ਨੂੰ ਇਹ ਇਹਨਾਂ ਨਾਲ ਲੈ ਕੇ ਆਈ ਤੂੰ ਫੇਸਬੁੱਕ ਛੱਡ ਇੰਸਟਾ ਛੱਡ ਸਾਰੀ ਛੱਡ ਸਾਰੀ ਕਮਾਈ ਮੈਂ ਮੀਡੀਆ 'ਚ ਇਹ ਬਹੁਤ ਵੱਡੀ ਗੱਲ ਕਹਿ ਰਿਹਾ ਇਹ ਵੀ ਲੱਤਾਂ ਭਾਰ ਕਿਸੇ ਦੀ ਨਹੀਂ ਚੱਲਦੀਆਂ ਗੱਲ ਕਹਿਣ ਲਈ ਮੇਰੀਆਂ ਚੱਲਦੀਆਂ ਮੈਂ ਸੋਸ਼ਲ ਮੀਡੀਆ ਦੀ ਸਾਰੀ ਕਮਾਈ ਦਊਂਗਾ ਜੇ ਕੋਈ ਵੀਰ ਦੁਨੀਆ ਭਰ 'ਚ ਮੇਰੀ ਗੱਲ ਸੁਣ ਰਿਹਾ ਇਹ ਐਨ ਜੀ ਓ ਨੂੰ ਮੈਨੇਜ ਕਰ ਲਵੇ ਮੈਂ ਪੈਸੇ ਦਊਂਗਾ ਜੇ ਨਾ ਆਇਆ ਅੱਜ ਤੋਂ ਬਾਅਦ ਫਿਰ ਮੇਰੇ ਤੇ ਕੋਈ ਸਵਾਲ ਨਾ ਚੱਕੇ कोई बंदा नहीं मेरा बोलिया ना बोलो मैं इस बंदे सारे जवाब दूंगा हां एदे कोल जवाब दे दो सवाल दे दो मैं भी जवाब देन नूं बैठा ऑफलाइन ऑनलाइन सारा जवाब दूं विरोध हुंदा ना ते बाई कोल भी बहुत बंदे आए होने सेठी एदां करदा पूरी लोडिंग सी भी जे तू एक वाले मूंह नाल गल कर ले तू ढिलक जाना ਤੇ ਇਹਦੀ ਗੱਲ ਸੀ ਵੀ ਤੂੰ ਮੈਨੂੰ ਕਿੱਥੇ ਬੁਲਾਉਣਾ ਦੱਸ ਕਿੱਥੇ ਆਉਣਾ ਇਹ ਸਾਰੀ ਟੀਮ ਬਾਈ ਮੰਤਨ ਹੋਣੀ ਵੀ
ਆਪਣੇ ਕੋਲ ਦੁਕਾਨ ਤੇ ਆਏ ਅਸੀਂ ਘੰਟਾ ਗੱਲਾਂ ਕਰਦੇ ਰਹੇ ਫਿਰ ਅਸੀਂ ਪੇਜ ਖੋਲਿਆ ਵੀ ਕਿੱਦਾਂ ਪੈਸੇ ਆਉਂਦੇ ਨਹੀਂ ਉੱਥੇ ਬਾਈ ਇਹ ਨਿਕਲਿਆ ਮੈਂ ਨਾ ਰੀਲਾਂ ਵੀਡੀਓ ਮੈਂ ਜੁੱਤੀਆਂ ਦੀਆਂ ਪਾਈਆਂ ਸੀਗੀਆਂ ਬਾਈ ਠੀਕ ਆ ਵੀ ਉਹ ਸਭ ਨੇ ਦੇਖੀਆਂ ਵੀ ਹੋਣੀਆਂ ਮੈਨੂੰ ਸੀਗਾ ਵੀ ਉਹ ਸੇਵਾ ਕਰਕੇ ਪੈਸੇ ਆਉਂਦੇ ਨੇ ਠੀਕ ਆ ਇਹਨਾਂ ਨੇ ਆਪਣੇ ਸਕਰੀਨਸ਼ੋਟ ਦਿਖਾਏ ਵੀ ਕਿਸੇ ਤੋਂ ਕਿੰਨੇ ਚਲੋ ਆਪਾਂ ਔਨ ਕੈਮਰਾ ਨਹੀਂ ਦੱਸ ਸਕਦੇ ਵੀ ਜਿੰਨੇ ਕੋਲ ਸਕਰੀਨਸ਼ੋਟ ਸੀਗੇ ਅਤੇ ਜੋ ਇਹਨਾਂ ਨੇ ਦੱਸਿਆ ਵੀ ਅਸੀਂ ਕੈਮਰੇ 'ਤੇ ਆਹ ਵਾਲੇ ਖਰਚੇ ਨਹੀਂ ਸਿੱਠੀ ਦੱਸ ਸਕਦੇ ਹੈਗੇ ਵੀ ਉਹਨੇ ਕੁ ਬਾਈ ਬਹੁਤ ਜਾਇਜ਼ ਨੇ ਠੀਕ ਆ ਮੇਰੀ ਤਸੱਲੀ ਹੋ ਗਈ ਠੀਕ ਆ ਹੁਣ ਰਹੀ ਗੱਲ ਬਾਈ ਉਹ ਬੰਦਿਆਂ ਦੀ ਜਿਹੜੇ ਇਹਦੇ ਨਾਲ ਪੰਜ ਪੰਜ ਸਾਲ 'ਤੇ ਰਹੇ ਨੇ ਠੀਕ ਆ ਮੈਂ ਜਿੱਥੇ ਵੀ ਝੂਠ ਬੋਲਾਂ ਮੈਨੂੰ ਝੂਠ ਵਾਲੀ ਗੱਲੇ ਨਹੀਂ ਆਉਣੀ ਠੀਕ ਆ ਵੀ ਉਹਨਾਂ ਨੂੰ ਮੈਂ ਕਿਹਾ ਵੀ ਹੁਣ ਤਾਂ ਛੱਡ ਦਿਉ ਨਾ ਮੈਨੂੰ ਆ ਗਿਆ ਅਤੇ ਮੈਂ ਅਤੇ ਰਾਤ ਅਸੀਂ ਈਸ਼ੂ ਦੇ ਘਰ ਵੀ ਬਾਈ ਬੈਠੇ ਰਹੇ ਠੀਕ ਆ ਈਸ਼ੂ ਨਾਲ ਗੱਲਬਾਤ ਕਰਦੇ ਰਹੇ ਉਹਦੇ ਘਰਦੇ ਮੇਰੇ ਘਰਦੇ ਨੇ ਅਚਨ ਚੇਤ ਕੁਛ ਹੋ ਜਾਵੇ ਮੇਰਾ ਨਾਂ ਬਾਈ ਲੱਗ ਜਾਣਾ ਨਾ ਠੀਕ ਆ ਇਹ ਮੇਰੇ ਕੋਲ ਬਾਈ ਐਡਾ ਵੱਡਾ ਬੰਦਾ ਹੋ ਕੇ ਆ ਗਿਆ ਨਾਲੇ ਟੀਮ ਲੈ ਕੇ ਆ ਗਿਆ ਅਤੇ ਮੈਂ ਤਾਂ ਜਿਹੜਾ ਛੋਟਾ ਜਿਹਾ ਮੈਂ ਨਹੀਂ ਜਾ ਸਕਦਾ ਮੈਂ ਵੀ ਉਹਦੇ ਘਰ ਗਿਆ ਬਾਈ ਜਾਣ ਕੇ ਤੁਰ ਕੇ ਗਿਆ ਵੀ ਸਾਰਾ ਬਾਜ਼ਾਰ ਦੇਖੇ ਜਿਹੜੇ ਬੰਦੇ ਮੈਨੂੰ ਕਹਿੰਦੇ ਸੀਗੇ ਵੀ ਹੁਣ ਤਾਂ ਇਹਨਾਂ ਦੀ ਦੁੱਖ ਦੀ ਧੌਣ 'ਤੇ ਹੱਥ ਰੱਖਿਆ ਅਤੇ ਉਹਨੂੰ ਕਹਿੰਦੇ ਸੀ ਵੀ ਅੱਜ ਇਹਦੇ ਕੋਲ ਚਾਰ ਪੈਸੇ ਆ ਗਏ ਸਿੱਠੀ ਚੌੜ ਕਰਦਾ ਸੇਮ ਬੰਦਾ ਔਰ ਰਿਸਪੋਂਸੀਬਲ ਬੰਦਾ ਅਤੇ ਐਵੇਂ ਦੇ ਕਿੰਨੇ ਹੋਣਗੇ ਹੁਣ ਅਸੀਂ ਕਿਹਾ ਵੀ 7:30 ਵਜੇ ਅਨਮੋਲ ਨੂੰ ਮਿਲਾਂਗੇ ਠੀਕ ਆ ਬੰਦੇ ਥੱਲੇ ਕਹਿੰਦੇ ਵੀ ਸਮਝੌਤਾ ਕਰ ਗਿਆ ਨਹੀਂ ਹੋਰ ਮੈਂ ਗੋਲੀਆਂ ਚਲਾਉਣੀਆਂ ਆ ਗਏ ਤੁਸੀਂ ਮੰਨਦੇ ਹੋ ਕਿ ਅਨਮੋਲ ਦੇ ਖਿਲਾਫ ਤੁਹਾਨੂੰ ਭੜਕਾਉਣ ਵਾਲੇ ਬੰਦੇ ਬਹੁਤ ਜ਼ਿਆਦਾ ਨਹੀਂ ਭੜਕਾਉਣ ਵਾਲੇ ਜੀ ਹੈਗੇ ਬੰਦੇ ਮੈਂ ਨਾਮ ਵੀ ਲਊਂਗਾ ਦੀਦੀ ਮੈਂ ਡਰਦਾ ਡਰਦਾ ਮੈਂ ਫੋਟੋਆਂ ਲੈਣ ਨੂੰ ਮੰਨਣਾ ਮੇਰਾ ਇਹਨਾਂ ਦਾ ਫੇਸਬੁੱਕ ਤੇ ਪਰ ਤੁਸੀਂ ਕੀ ਕਹਿੰਦੇ ਤੁਸੀਂ ਇੱਕ ਗੱਲ ਇਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਉਹਨੂੰ ਤੁਸੀਂ ਵੈਰੀਫਾਈਡ ਕੀਤਾ ਕਿੱਦਾਂ ਜੀ ਜਿਹੜਾ ਇਹ ਅਨਮੋਲ ਕਰਦੇ ਨੇ ਕਿ ਕੋਈ ਇਹ ਪੈਸਾ ਨਹੀਂ ਫੜਦੇ ਕਿਸੇ ਤੋਂ ਕਰਾਉਂਦੇ ਆ ਤੁਸੀਂ ਤੁਹਾਨੂੰ ਪਹਿਲਾਂ ਪਤਾ ਸੀ ਮੈਨੂੰ ਪਤਾ ਸੀ ਬਾਈ ਤੇ ਜਿੱਦਾਂ ਹੁਣ ਜਿਹੜੀ ਗੱਲ ਆ ਤੁਹਾਡੇ ਮਨ 'ਚੋਂ ਜਿਹੜੀ ਸ਼ੰਕਾ ਨਿਕਲ ਗਈ ਸ਼ੰਕਾ ਬਾਈ ਮੈਨੂੰ ਫੇਸਬੁੱਕ ਦਾ ਪਤਾ ਭਾਜੀ ਉਹ ਇਹਨਾਂ ਨੇ ਮੇਰੇ ਕੋਲ ਆ ਕੇ ਕਲੈਰੀਫਾਈ ਕੀਤਾ ਮੈਂ ਉਹ ਚੀਜ਼ ਤੇ ਸੈਟੀਸਫਾਈ ਆ ਪਰ ਇੱਕ ਗੱਲ ਲੱਗਦਾ ਨਹੀਂ ਦੇਖੋ ਤੁਸੀਂ ਖੁੱਲ ਕੇ ਸਵਾਲ ਪੁੱਛੋ ਬਾਈ ਗੱਲੇ ਨਹੀਂ ਕੋਈ ਮੈਂ ਖੁੱਲ ਕੇ ਤੁਹਾਡੀ ਮੈਂ ਚੈਲੰਜ ਤੇ ਨਹੀਂ ਬਾਈ ਕਰ ਸਕਦਾ ਤੁਸੀਂ ਆਪਣੀ ਡਿਊਟੀ ਜਿੱਥੇ ਸਾਨੂੰ ਚਾਹੀਦੀ ਬੜੀ ਵਧੀਆ ਨਿਭਾਈ ਆ ਜਿੱਦਾਂ ਤੁਸੀਂ ਹਾਂਜੀ ਤੁਹਾਨੂੰ ਪਹਿਲਾਂ ਕਿਸ ਡਾਊਟਫੁਲ ਮੈਨੂੰ ਬਾਈ ਕਿਸੇ ਨੇ ਨਹੀਂ ਭੜਕਾਇਆ ਨਹੀਂ ਭੜਕਾ ਨਹੀਂ ਤੁਸੀਂ ਆਪਣੀ ਜਿੰਨੇ ਵੀ ਤੁਹਾਨੂੰ ਕਮਾਈ ਆਉਂਦੀ ਆ ਫੇਸਬੁੱਕ ਤੋਂ ਜਾਂ ਮੋਨੇਟਾਈਜ਼ ਤੋਂ ਜੀ ਤੁਸੀਂ ਤੁਹਾਡੇ ਮਨ ਦੀ ਇੱਛਾ ਦੇਤੀ ਜੀ ਇਹ ਅਨਮੋਲ ਦੇ ਨਾਲ ਇੱਕ ਟੀਮ ਵੀ ਆ ਤੇ ਜਿੱਦਾਂ ਇਹ ਕੰਮ ਕਰਦੇ ਆ ਵੀ ਪਹਿਲਾਂ ਬਹੁਤ ਸਾਰੇ ਲੋਕ ਆਉਂਦੇ ਸੀਗੇ ਵੀ ਮੈਨੂੰ ਆਓਗੇ ਇੱਕੋਦਮ ਪੈਸੇ ਦੇ ਦਿਓ ਤਾਂ ਅਗਲੇ ਕੋਈ ਵਾਰ ਆਪਣੀ ਅਗਲਾ ਆਪਣਾ ਉੱਲੂ ਸਿੱਧਾ ਕਰ ਦਿੰਦਾ ਠੀਕ ਆ ਇਹਨਾਂ ਨੇ ਵੈਰੀਫਾਈਡ ਕਰਨੇ ਸ਼ੁਰੂ ਕੀਤੇ ਕੁਝ ਜ਼ਰੂਰਤਮੰਦ ਹੁੰਦੇ ਸੀ ਕੁਝ ਨਹੀਂ ਜ਼ਰੂਰਤਮੰਦ ਹੁੰਦੇ ਤਾਂ ਵੀ ਆ ਕੇ ਸੇਵਾ ਲੈਣ ਆਉਂਦੇ ਸੀਗੇ ਪਰ ਇੱਕ ਠੀਕ ਆ ਇਹਨਾਂ ਨੇ ਮੈਂ ਕਹਿੰਦਾ ਮੋਨੋਟਾਈਜ਼ ਦੀ ਕਮਾਈ ਆਉਂਦੀ ਆ ਬੇਸ਼ੱਕ ਇਹਨਾਂ ਦੇ ਖਰਚੇ ਵੀ ਤਾਂ ਹੋਣ ਜੀ ਬਿਲਕੁਲ ਇਹਨਾਂ ਦੀ ਆਪਣਾ ਪਰਿਵਾਰ ਛੱਡ ਕੇ ਬੈਠੇ ਆ ਇੱਥੇ ਮਰੀਜ਼ ਕਈਆਂ ਨੂੰ ਹੱਥ ਲਾਉਣ ਦਿਲ ਨਹੀਂ ਕਰਦਾ ਪਰ ਇਹ ਉਹਨੂੰ ਜੱਫੀਆਂ ਵੀ ਪਾਉਂਦਾ ਗਲ ਵੀ ਲਾਉਂਦਾ ਉਹਨੂੰ ਹੌਸਲਾ ਵੀ ਦਿੰਦਾ ਕਿਸੇ ਦਾ ਇੱਕ ਜ਼ਰੀਆ ਵੀ ਬਣਿਆ ਤੇ ਜੇ ਕੋਈ ਸਮੁੰਦਰ ਵਿੱਚੋਂ ਜੇ ਇਹਨੂੰ ਥੋੜ੍ਹੀ ਬਹੁਤੀ ਜੇ ਕਿਤੇ ਹੋ ਵੀ ਗਈ ਮੈਂ ਨਹੀਂ ਕਹਿੰਦਾ ਬਾਈ ਹੁਣ ਸਮੁੰਦਰ ਜਿੰਨੀ ਕਮਾਈ ਤਾਂ ਤੁਸੀਂ ਹੀਰਾ ਜੀ ਕਹਿ ਰਹੇ ਹੋ ਹੋਣੀ ਆ ਜੇ ਹੁਣ ਮੇਰੇ ਮਨ 'ਚ ਗੱਲ ਆ ਗਿਆ ਜੇ ਮੈਂ ਪੁੱਛ ਲਿਆ ਬਾਈ ਦੇਖੋ ਇਹ ਪਹਿਲਾਂ ਐਂਟੀ ਬਲਿੰਗ ਨੇ ਵੀ ਮੁੱਦਾ ਚੱਕਿਆ ਸੀ ਕਿਹੜਾ ਜੀ ਐਂਟੀ ਬਲਿੰਗ ਨੇ ਬਾਈ ਜੀ ਮੈਂ ਕਿਸੇ ਤੋਂ ਪ੍ਰਭਾਵਿਤ ਨਹੀਂ ਹਾਂ ਇੰਦੀ ਜੈਸਵਾਲ ਮੁੱਕਦੀ ਗੱਲ ਆ ਜਿਹੜੀ ਸੋਸ਼ਲ ਮੀਡੀਆ ਜਾਂ ਐਂਡੀ ਜੈਸਵਾਲ ਨੇ ਸੋਸ਼ਲ ਮੀਡੀਆ ਦੀ ਬਾਈ ਜਿਹੜੀ ਹਾਈਪ ਹੈਗੀ ਆ ਵੀ ਇਹਨੇ ਵਾਇਰਲ ਹੋਣ ਲੱਗੇ ਵੀ ਮੈਨੂੰ ਗੁਰੂ ਸਾਹਿਬ ਤੋਂ ਉੱਤੇ ਤਾਂ ਕੁਛ ਨਹੀਂ ਹੈਗਾ ਮੈਂ ਗੱਲ ਜਿਹੜੀ ਕਹੀ ਆ ਭੈਣੇ ਵੀ ਆਹ ਗੱਲ ਕਹੀ ਆ ਵੀ ਜੇ ਇਹਨੂੰ 15-20 ਲੱਖ ਰੁਪਇਆ ਆਉਂਦਾ ਹੈ ਤੇ ਫਿਰ ਇਹ ਸੇਵਾ ਕਰਦਾ ਫਿਰ ਇਹ ਸੇਵਾਦਾਰ ਹੈ ਨਹੀਂ ਬਾਈ ਮੈਂ ਇੱਕ ਗੱਲ ਹੋਰ ਰਿਪੀਟ ਕਰਦਾ ਆ ਸੋਸ਼ਲ ਮੀਡੀਆ ਮੋਨੇਟਾਈਜੇਸ਼ਨ ਮੇਰੀ ਪਿਛਲੇ 1 ਸਾਲ ਤੋਂ ਹੋਈ ਹੈ ਤਾਂ ਮੈਨੂੰ ਪੈਸੇ ਆਣੇ ਸ਼ੁਰੂ ਹੋ ਗਏ ਉਸ ਤੋਂ ਪਹਿਲਾਂ ਮੈਂ ਘਰ ਹੀ ਉਜਾੜਿਆ ਠੀਕ ਹੈ ਉਸ ਤੋਂ ਪਹਿਲਾਂ ਮੈਨੂੰ ਕੋਈ ਮੋਨੇਟਾਈਜੇਸ਼ਨ ਨਹੀਂ ਸੀ ਤੁਹਾਨੂੰ ਵੀ ਪਤਾ ਫੇਸਬੁੱਕ ਸਾਲ ਹੋਇਆ 1.5 ਸਾਲ ਮੈਨੂੰ ਪੈਸੇ ਦੇਣ ਲੱਗੀ ਹੈ ਇੰਸਟਾਗ੍ਰਾਮ ਹਜੇ ਵੀ ਕੋਈ ਪੈਸੇ ਨਹੀਂ ਦਿੰਦੀ ਕਿਉਂਕਿ ਬਾਈ ਕਹਿੰਦਾ ਮੈਨੂੰ ਪਤਾ ਨਹੀਂ ਸੀ ਮੈਂ ਹੋਰ ਵੀ ਕਲੀਅਰ ਕਰਦਾ ਕਦੇ ਮਨ 'ਚ ਲੋਕੀ ਰੱਖੀ ਬੈਠਣ ਮੈਂ ਤਾਂ ਹੈਰਾਨ ਆ ਠੋਕ ਕੇ ਜਵਾਬ ਦੇਣ ਲਈ ਬੈਠਾ ਇਹਨੂੰ ਕਹੋ ਇਹਨਾਂ ਨੂੰ ਕਹੋ ਇਹ ਉਮਰ 'ਚ ਛੋਟੇ ਨੇ ਜੀ ਅਹੁਦੇ 'ਚ ਵੱਡੇ ਨੇ ਇਹਨਾਂ ਨੂੰ ਕਹੋ ਵੀ ਜਿਹੜੇ ਅੱਜ 5 ਬੰਦੇ ਮੈਂ ਦਮ ਰੱਖਦਾ ਹਾਂ ਉਹ ਵੱਡੀ ਗੱਲ ਹੈ ਸੁਣਨ ਵਾਲੀ ਮੈਂ ਦਮ ਰੱਖਦਾ ਅੱਜ ਤੂੰ ਸਾਰਾ ਹੀ ਕੰਮ ਕਰ ਮੈਂ ਬੋਲਾਂ ਹੁਣ 1 ਮਿੰਟ ਹਾਂ ਅੱਜ ਤੂੰ ਸਾਰਾ ਅੱਜ ਰੌਲਾ ਕੀ ਹੈ ਸੇਠੀ ਬਾਈ ਨੇ ਸੋਸ਼ਲ ਮੀਡੀਆ ਦਾ ਅਸੰਪਸ਼ਨ ਕਰ ਲਈ ਮੈਨੂੰ 20 ਲੱਖ ਰੁਪਇਆ ਆਉਂਦਾ ਹਾਂ ਕਰ ਲਈ 2-3 ਬੰਦਿਆਂ ਨੇ ਇਹਨੂੰ ਹੋਰ ਕਹਿਤਾ ਜਿੱਦਾਂ ਮੈਨੂੰ ਡਾਊਟ ਆਇਆ ਕਿ ਯਾਰ ਇੰਟਰਵਿਊ ਵਾਲੇ ਭਾਈ ਸਾਹਿਬ 5 ਲੱਖ ਰੁਪਇਆ ਮਹੀਨਾ ਕਮਾ ਰਹੇ ਮੈਨੂੰ ਇੱਕ ਨੇ ਹੋਰ ਕਹਿਤਾ ਮੈਂ ਹੋਰ ਪੱਕਾ ਹੋ ਗਿਆ ਮੈਂ ਹੋਰ ਪੱਕਾ ਹੋ ਗਿਆ ਜਦੋਂ ਬਾਈ ਨੇ ਪੋਸਟ ਪਾਤੀ ਨਾ ਜਿਹੜੇ ਪੰਜਾਬ 'ਚ ਮੇਰੇ ਖਿਲਾਫ ਸੀ ਸਾਰੇ ਮੁੰਡੇ ਉਹ ਸਾਰੇ ਇਕੱਠੇ ਹੋ ਗਏ ਉਹ ਕੋਈ ਕਵੇ ਮੇਰੇ ਕੋਲ ਅਨਮੋਲ ਦਾ ਆ ਚਿੱਠਾ ਮੈਂ ਲਊਂਗਾ ਮੈਂ ਸ਼ੁਰੂ ਕਰਦਾ ਮੈਂ ਇੱਕ ਇੱਕ ਕਰਕੇ ਉਹ ਕੋਈ ਕਹਿੰਦਾ ਮੇਰੇ ਕੋਲ ਆ ਚਿੱਠਾ ਕੋਈ ਕਹਿੰਦਾ ਮੇਰੇ ਕੋਲ ਆ ਚਿੱਠਾ ਮੈਂ ਇੱਕ ਬਾਈ ਨੂੰ ਕਿਹਾ ਮੈਂ ਕਿਹਾ ਉਹਨਾਂ ਨੂੰ ਕਹੋ ਮੇਰੇ 'ਤੇ ਨਾ ਤਰਸ ਨਾ ਕਰੀ ਅੱਜ ਅੱਜ ਮੈਂ ਓਪਨ ਬੈਠਾ ਮੇਰੇ ਤੇ ਆ ਮੇਰੀ ਹੱਥ ਜੋੜ ਕੇ ਪੈਂਦੀ ਕਿਹਾ ਵੀ ਤੈਨੂੰ ਬੋਲਣ ਵਾਲਾ ਬੰਦਾ ਮਿਲ ਗਿਆ ਉਹਨਾਂ ਤੋਂ ਮੁੱਦੇ ਲੈ ਪਰ ਗੱਲ ਸੁਣ ਮੇਰੇ ਤੇ ਤਰਸ ਨਹੀਂ ਕਰਨਾ ਨਾਲ ਚੱਲਿਓ ਹਨਾ ਮੇਰੇ ਤੇ ਤਰਸ ਨਹੀਂ ਕਰਨਾ
40 ਆਪਸ ਚ ਜਿੱਦਾਂ ਤੁਹਾਡੇ ਦੋ ਬੱਚੇ ਨੇ ਹੁਣ ਤੁਹਾਨੂੰ ਆਪਸ ਚ ਉਹਨਾਂ ਦੀ ਨਹੀਂ ਬਣ ਰਹੀ ਤੁਸੀਂ ਕੀ ਕਰੋਗੇ ਉਹੀ ਮੇਰੀ ਟੀਮ ਚ ਇਹਨਾਂ ਦੀ ਲੜਾਈ ਹੋਈ ਟੀਮ ਚ ਆਪਸ ਚ ਲੜ ਪਏ ਉਹ ਦੋਨਾਂ ਨੂੰ ਮੈਂ ਰੱਖਣਾ ਸੀ ਮੈਨੂੰ ਤਾਂ ਇਹ ਵੀ ਪਿਆਰਾ ਮੈਨੂੰ ਇਹ ਵੀ ਪਿਆਰਾ ਮੈਨੂੰ ਉਹ ਵੀ ਪਿਆਰਾ ਮੈਂ ਸਪੋਰਟ ਨਹੀਂ ਕਰ ਪਾਇਆ ਚੱਜ ਨਾਲ ਉੱਤੋਂ ਖਿੱਚ ਕੇ ਇਹਨਾਂ ਨੇ ਮੈਨੂੰ ਇਦਾਂ ਤਾਂ ਤੁਸੀਂ ਆਪਣਾ ਪੋਲੀਟੀਸ਼ੀਅਨ ਵੀ ਦੇ ਸਕਦੇ ਹਰ ਇੱਕ ਨੂੰ ਕੋਈ ਮੰਤਰੀ ਵੀ ਜਾਂ ਭਗਵੰਤ ਮਾਨ ਵੀ ਜਾਂ ਮੋਦੀ ਵੀ ਕੁਝ ਨੂੰ ਕੁਝ ਨਹੀਂ ਕਰ ਸਕਦਾ ਇਹ ਤਾਂ ਘਰਾਂ 'ਚ ਹੁੰਦੀਆਂ ਰਹਿੰਦੀਆਂ ਪਰ ਹੁਣ ਤੁਹਾਡੀ ਕੀ ਹਾਂ ਆਪਾਂ ਅਗਲਾ ਸਵਾਲ ਲਈਏ ਆਪਾਂ ਬਾਈ ਕੋਲ ਪੁੱਛੀ ਤੁਹਾਡਾ ਸਵਾਲ ਦੀ ਜਿਹੜੀ 70,000 ਰੁਪਿਆ ਹਾਂਜੀ ਐਡੀਟਰ ਨੂੰ 70,000 ਰੁਪਏ ਦਿੰਦੇ ਆ ਜੀ ਮੈਂ ਕਹਿੰਦਾ ਭਾਜੀ ਜਿਹੜੇ ਉਹ 10 ਬੰਦੇ ਪ੍ਰਭਜੋਤ ਜੀ ਇਹ ਮਨਾ ਇਹ ਸੋਰੀ ਇਹ ਮਨਾ ਕਰ ਬਾਈ ਰੋਲ ਜਣਗੇ ਮੈਂ ਤਾਂ ਫਿਰ ਤਰਸ ਕਰ ਰਿਹਾ ਤੁਹਾਨੂੰ ਕਾਫੀ ਲੋਕ ਫੋਲੋ ਐਦਾਂ ਕਰੋ ਤੁਸੀਂ ਸਾਰਿਆਂ ਦੇ ਇੱਕ ਇੱਕ ਕਰਕੇ ਨਾਮ ਲੈ ਲੈਣਾ ਨਹੀਂ ਤੁਸੀਂ ਕੋਈ ਗੱਲ ਕਹਿ ਰਹੇ ਹੋ ਤਾਂ ਵੈਰੀਫਾਈ ਵੀ ਕਰਨਾ ਜ਼ਰੂਰੀ ਹੈ ਅਸੀਂ ਵੀ ਕੋਈ ਚੈਨਲ ਦੇਖੋ ਅਸੀਂ ਕੋਈ 100% ਪ੍ਰਭਾਵਿਤ ਬਾਈ ਜੀ ਮੈਂ ਕੋਈ ਪੱਤਰਕਾਰ ਨਹੀਂ ਹੈਗਾ ਜੇ ਮੈਂ 70,000 ਵਾਲੀ ਗੱਲ ਕਹੀ ਹੈ ਮੈਂ ਬਾਈ ਨੂੰ ਵੀ ਕਹੀ ਹੈ ਜੇ ਮੇਰੇ ਮਨ ਚ ਹੋਵੇ ਬਿਨਾਂ ਦਰਦ ਉਹਦਾ ਤੁਸੀਂ ਬਿਨਾਂ ਦਰਦ ਕਹਿ ਸੋਰੀ ਬਿਨਾਂ ਤੁਸੀਂ ਗੱਲ ਉਹਦਾ ਨਾਮ ਦੱਸੋ ਕਿ ਇਦਾਂ ਦੇ ਕਿਹੜੇ ਸ਼ਰਾਰਤੀ ਤੱਤ ਪਤਾ ਉਹ ਪਤਾ ਲੱਗੇ ਦੁਨੀਆ 'ਚ ਕੌਣ ਨੇ ਪਹਿਲੀ ਗੱਲ ਤਾਂ ਸਭ ਤੋਂ ਘਟੀਆ ਗੱਲ ਮੈਂ ਇਹੀ ਦੱਸੀ ਹੈ ਜਿਹੜੀ ਮੈਨੂੰ ਲੱਗੀ ਹੈ ਅੱਜ ਤੱਕ ਉਹਨਾਂ ਨੂੰ ਹਨੀ ਸੇਠੀ ਨਹੀਂ ਦਿਖਿਆ ਤੁਸੀਂ ਨਾਮ ਦੱਸੋ ਇੱਕ ਇੱਕ ਕਰਕੇ ਜਿਹੜੇ ਤੁਹਾਡੇ ਕੋਲ ਇਹਨਾਂ ਦੇ ਪਿੰਡ ਹੋ ਕੇ ਗਏ ਨੇ ਐਡਾ ਮੇਰੇ ਨਾਲ ਪਿਆਰ ਹੈ ਇਹਨਾਂ ਦੇ ਪਿੰਡ ਆ ਗਏ ਕੀ ਆ ਦੇਖਣ ਮੂਲ ਦੇ ਚਿੱਠੇ ਮੈਂ ਨਾ ਦੱਸੋਗੇ ਹਾਂ ਜੀ ਦੱਸੋ ਮੈਂ ਦੱਸ ਰਿਹਾ ਜੀ ਮੇ ਤੇ ਲਾ ਲੈਣ ਜਿਹੜਾ ਲਾਉਣਾ ਨਹੀਂ ਨਹੀਂ ਮੈਂ ਨਾਲ ਹੀ ਹਾਂ ਮੈਂ ਨਾਲ ਹੀ ਹਾਂ ਨਹੀਂ ਯਾਰ ਮੈਂ ਦੱਸੂਗਾ ਨਹੀਂ ਬਾਈ ਜਿਹੜੀਆਂ ਗੱਲਾਂ ਸੱਚ ਜੇ ਸੱਚੇ ਸੀ ਆ ਜਾਂਦੇ ਉਹ ਸੱਚਾ ਬੰਦਾ ਬੈਠਾ ਨਾ ਉਹ ਬੰਦਾ ਸੱਚਾ ਬੈਠਾ ਉਹ ਵੀ ਆ ਜਾਂਦੇ ਪਹਿਲਾ ਨਾਮ ਹੈ ਗਰਿੰਦਰ ਬਾਠ ਅੰਬਰਸਰ ਟੀਮ ਦਾ ਇਹਨਾਂ ਦਾ ਜੀ ਇਹ ਬੰਦੇ ਦਾ ਨਾਮ ਮੈਂ ਬਹੁਤ ਚੁੱਪ ਲੈ ਕੇ ਬੈਠਾ ਸੀ ਬਾਈ ਗਰਿੰਦਰ ਬਾਠ ਨੇ ਅੱਜ ਤੱਕ ਹਨੀ ਸੇਠੀ ਨੂੰ ਕਦੀ ਬੁਲਾਇਆ ਨਹੀਂਗਾ ਠੀਕ ਹੈ ਅੱਜ ਜਿੱਦਣ ਵੀਡੀਓ ਪਾਤੀ ਬਾਈ ਜੀ 3 ਘੰਟੇ 'ਚ ਮੇਰੇ ਕੋਲ ਬੈਠੇ ਸੀ ਫਿਰ ਮੈਂ ਕਿਹੜਾ ਘੱਟ ਹਾਂ ਮੈਂ ਜਾਣ ਕੇ ਮੈਂ ਕਿਹਾ ਫੋਟੋ ਕਰਾ ਫੋਟੋ ਵਾਲੇ ਤਾਂ ਚਾਹ ਸਾਡੇ ਲੱਥੇ ਪਏ ਨੇ ਮੈਂ ਫੋਟੋ ਕਰਾ ਫਿਰ ਮੈਂ ਜਾਣ ਲੱਗੇ ਗਿਆ ਵੀ ਪਾਵਾਂ ਨਹਾਉਣਾ ਹਜੇ ਨਾ ਭਾਈ ਤੂੰ ਸਪੋਰਟ ਵੀ ਕਰ ਰਿਹਾ ਤੂੰ ਆਪਣਾ ਮੁੱਦਾ ਵੀ ਦੱਸ ਰਿਹਾ ਵੀ ਅਨਮੋਲ ਨੇ ਕਹਿ ਤਾ ਫੋਟੋ ਨਾ ਲਾਈ ਉੱਥੇ ਐਂ ਨਾ ਕਰੀ ਤੂੰ ਜਾਣ ਲੱਗੇ ਰੀਲ ਵੀ ਭਰ ਰਿਹਾ ਮੈਂ ਐਡਾ ਤਾਂ ਨਿਆਣਾ ਨਹੀਂ ਜੇ ਤੇਰੇ 'ਚ ਇੰਨੀ ਜ਼ਰੂਰਤ ਨਹੀਂ ਹੈਗੀ ਵੀ ਅੱਜ ਇੱਕ ਬੰਦਾ ਅਨਮੋਲ ਦੇ ਐਂਟੀ ਖੜ ਗਿਆ ਤੂੰ ਉਹਦੇ ਨਾਲ ਫੋਟੋ ਤਾਂ ਪਾ ਨਹੀਂ ਸਕਦਾ ਤੂੰ ਮੇਰੇ ਨਾਲ ਕੀ ਖੜੇਗਾ ਫਿਰ ਜੀ ਉਹਨਾਂ ਨੇ ਗਰੁੱਪ ਬਣਾਇਆ ਬਾਈ ਨੂੰ ਮੁੱਦੇ ਦੱਸੇ ਇਦਾਂ ਹੀ ਸਾਰੇ ਪੰਜਾਬ ਦੇ ਬੰਦਿਆਂ ਦੇ ਇਦਾਂ ਹੀ ਹੋਇਆ ਵੀ ਸੇਵਕ ਮੁੱਦੇ ਦੱਸੇ ਮੈਂ ਕਿਹਾ ਜੀ ਚਲੋ ਫਿਰ ਉਹਨੇ ਉਹ ਕਹਿੰਦਾ ਅਨਮੋਲ ਕਹਿੰਦਾ ਆਇਆ ਵੀ ਮੇਰੇ ਨਾਲ ਗੱਲ ਹੋ ਰਹੀ ਸੀਗੀ ਇਦਾਂ ਦੀ ਠੀਕ ਹੈ ਅਨਮੋਲ ਕਹਿੰਦਾ ਬਈ ਮੈਂ ਕਿਹਾ ਤੂੰ ਫਿਰ ਖਤਮ ਹੀ ਕਰ ਦੇ ਮੇਰੇ ਤਾਂ ਦੋ ਮੁੱਦੇ ਸੀ ਮੈਂ ਤੈਨੂੰ ਦੋਨੇ ਇੱਕ ਤੂੰ ਮੈਨੂੰ ਆ ਕੇ ਕਲੀਅਰ ਕਰ ਗਿਆ ਠੀਕ ਹੈ ਇੱਕ ਲਾਈਵ ਵਾਲਾ ਮੈਂ ਅੱਜ ਆ ਗਿਆ ਇਹ ਵੀ ਬੰਦਾ ਹੀ ਆ ਭਾਜੀ ਮੈਂ ਵੀ ਬੰਦਾ ਹੀ ਐਂ ਤਾਂ ਮੈਨੂੰ ਕੀ ਕਰ ਲੈਣਗੇ ਠੀਕ ਹੈ ਭਾਜੀ ਤੇ ਲੁਧਿਆਣੇ ਵੀ ਜਾਣ ਨੂੰ ਇਹ ਕਿਹੜਾ ਕਿਹਨੂੰ ਕੁੱਟ ਦਾ ਸੇਵਾ ਕਰਦਾ ਪਰ ਪਹਿਲਾਂ ਤੁਹਾਡੇ ਬਹਿਣੇ ਸੀ ਵੀ ਮੈਨੂੰ ਤੁਸੀਂ ਮੇਰਾ ਬਲੌਕ ਖਾਤਾ ਉਡਵਾ ਦੋਗੇ ਹੋ ਸਕਦਾ ਨਹੀਂ ਬਾਈ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਜਦ ਮੈਂ ਉਹਨੂੰ ਮਿਲਿਆ ਨਹੀਂ ਤੁਹਾਡੀ ਪਾਰਟੀ ਚੇਂਜ ਹੋਈ ਮਿਲ ਕੇ ਕੋਈ ਗੱਲ ਕਰਕੇ ਬਾਈ ਆਪਾਂ ਨੇ ਰਿਪੋਰਟ ਕਿਵੇਂ ਆ ਗਈਆਂ ਹੀਰਾ ਜੀ ਐ ਨਾ ਗੱਲ ਕਰੋ ਨਾ ਮੈਂ ਕੋਈ ਪ੍ਰਭਾਵਿਤ ਹੋ ਕੇ ਇਸ ਤੋਂ ਗੱਲ ਕਰੀ ਹੈ ਨਹੀਂ ਪ੍ਰਭਾਵਿਤ ਇਹ ਬੰਦੇ ਦਾ ਮੈਂਟਲ ਲੈਵਲ ਇਹ ਜੇ ਅੱਜ ਕਾਪੀ ਪੈਨ ਲਿਆਓ ਇੰਨੇ ਚੈਨਲ ਖੜੇ ਨੇ ਜੇ ਕੋਈ ਇਹਦੇ ਨਾਲ ਡਿਬੇਟ ਕਰ ਜੇ ਲੈ ਉਹ ਨਹੀਂ ਮੇਰੀ ਜਾਨ ਮੈਂ ਡਰਦਾ ਇਹਨਾਂ ਤੋਂ ਬਹੁਤ ਜੇ ਤੋਕਾ ਜੇ ਫੈਨ ਫੋਲੋਇੰਗ ਹੁੰਦੀ ਹੈ ਫੈਨ ਫੋਲੋਇੰਗ ਨਹੀਂ ਉਹਦਾ ਦਿਮਾਗ ਹੀ ਇੰਨਾ ਖੁੱਲ ਗਿਆ ਹੀਰਾ ਜੀ ਇੰਨੇ ਬੰਦੇ ਨਾਲ ਗੱਲ ਕਰ ਕਰਕੇ ਅੱਛਾ ਜੇ ਮੈਂ ਹੁਣ ਕਈਆਂ ਨੂੰ ਐ ਲੱਗਣਾ ਵੀਡੀਓ ਚ ਜਿਹੜਾ ਮੇਰੇ ਤੇ ਮੇਰਾ ਫਰਜ਼ ਹੈ ਹੀਰਾ ਵੀਰ ਜਦੋਂ ਮੈਂ ਕੋਈ ਗਲਤ ਕਰਦਾ ਹਾਂ ਮੈਂ ਉਹਨੂੰ ਟੋਕ ਮਾ ਕਹਿੰਦਾ ਤੂੰ ਗਲਤ ਹੈ ਆ ਗਲਤ ਹੈ ਮੇਰੇ ਨਾਲ ਮੈਂ ਕਿਹਾ ਗਲਤ ਹੈ ਸਾਡੇ ਕੇਸ ਗਲਤ ਵੀ ਕਿਹਾ ਨਾ ਵੀ ਲਿਆ ਮੇਰੇ ਤੇ ਬੱਚਾ ਬਹਿ ਬਹੁਤ ਸਾਰੇ ਮੈਨੂੰ ਪਤਾ ਹੈ ਮਦਦ ਚ ਆਏ ਮੈਨੂੰ ਪਤਾ ਪਰ ਕੱਲ ਨੂੰ ਮੇਰੇ ਕੋ ਇੱਕ ਬੰਦੇ ਆਏ ਉਹਨਾਂ ਵਿੱਚੋਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਉਹ ਕਿਸੇ ਨਾਲ ਗਲਤ ਕਰਵਾਉਣਾ ਚਾਹ ਰਹੇ ਸੀ ਉਹਨਾਂ ਵਿੱਚੋਂ ਇੱਕ ਬੰਦਾ ਜਿਹੜਾ ਜਿਨ੍ਹਾਂ ਨੇ ਮਦਦ ਕੀਤੀ ਉਹਨੇ ਉਹਨੂੰ ਨਾਲ ਬੰਦਾ ਸੀ ਪਰ ਮੈਂ ਸਾਹਿਬ ਮਨਾ ਕਰਦਾ ਮੈਂ ਕਿਹਾ ਜੀ ਮੇਰੀ ਮਦਦ ਤੁਸੀਂ ਕੀਤੀ ਪਰ ਮੈਂ ਗਲਤ ਨਹੀਂ ਕਰਦਾ ਬਹੁਤ ਵੱਡੀ ਗੱਲ ਹੈ ਇਹ ਗੱਲ ਇਹਨਾਂ ਨੇ ਮੈਨੂੰ ਵੀ ਕਹੀ ਸੀ ਅੱਜ ਜਿਹੜੇ ਇਹ 2 ਸਵਾਲ ਰੱਖੇ ਹੋਏ ਨੇ ਇਹਨਾਂ ਦੇ ਸਵਾਲ ਸੀਗੇ 50 ਚੋਂ 48 ਸਵਾਲ ਇਹਨਾਂ ਨੇ ਤਾਂ ਕੱਟੇ ਕਿਉਂਕਿ ਉਹਨਾਂ ਦੇ ਕੋਈ ਤੱਥ ਨਹੀਂ ਸੀ ਜਿਹੜੇ ਸੁਣੇ ਸੁਣਾਏ ਸੀ ਮੈਂ ਕਿਹਾ ਜੀ ਦੱਸੋ ਚਲੋ ਵੀ ਅਨਮੋਲ ਤੁਸੀਂ ਸਵਾਲ ਸੁਣ ਲਓ ਅਨਮੋਲ ਗੱਲ ਹੈ ਵੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਪੈਸੇ ਆਉਂਦੇ ਨੇ ਤਾਂ ਪੈਸੇ ਸ਼ੋਅ ਕਰ ਦੋ ਅੱਜ ਨਹੀਂ ਫਿਰ ਉਹ ਜਿੰਨੂੰ ਸ਼ੋਅ ਕਰੂੰਗਾ ਫਿਰ ਉਹ ਜਗ੍ਹਾ ਵੀ ਤਾਂ ਸਾਹਮਣੇ ਨਾ ਮੈਂ ਤਾਂ ਰੋਜ਼ ਨੰਗਾ ਆ ਫਿਰੂੰਗਾ ਆ ਦੇਖੋ ਜੀ ਮੇਰੇ ਕੋਲ ਇੰਨੇ ਪੈਸੇ ਆਉਂਦੇ ਤੇ ਕਿਉਂ ਜੇ ਕਿਸੇ ਨੇ ਦੇਣੇ ਨਹੀਂ ਜਾਂ ਤਾਂ ਮੈਨੂੰ ਰੁਪਈਏ ਦਿਓ ਉਹਨਾਂ ਨੂੰ ਸ਼ੋਅ ਹੋ ਗਏ ਮੈਂ ਕਹਿੰਦਾ ਜਿੰਨੇ ਜਿਹੜੇ 5 ਬੰਦੇ ਨੇ ਨਾ ਉਹ 5 ਨੂੰ ਓਪਨ ਚੈਲੰਜ ਕਰਦਾ 5 ਹੀ ਆ ਜਾਓ ਐਨਜੀਓ ਸੰਭੋ ਜਿੰਨੇ ਫੇਸਬੁੱਕ ਦੇ ਪੈਸੇ ਆਉਂਦੇ ਨੇ ਦੂਜੀ ਗੱਲ ਕਹਿ ਲਗਾ ਡਬਲ ਦਊਂਗਾ ਫੇਸਬੁੱਕ ਵੀ ਦਊਗੀ 50,000 ਮੈਂ ਦਊਂਗਾ ਹੈ ਦਾ ਮਾਨ ਦਾ ਯਾਰ ਘਰ ਫੂਕ ਕੇ ਕੌਣ ਕਰ ਲੂ ਸੇਵਾ ਮੈਂ ਤੁਹਾਨੂੰ ਕਹਾਂ 1,00,000 ਰੁਪਏ ਸਵੇਰੇ ਚੱਕ ਕੇ ਲਿਆਓ ਮਹੀਨੇ ਬਾਅਦ ਲਾਣਾ ਸੇਵਾ ਤੇ ਆਣਾ ਕੁਛ ਨਹੀਂ ਆਜੂਗੇ ਕਿਹੜਾ ਖੜਾ ਆਪਣੇ ਚੋਂ ਇੱਕ ਹੱਥ ਖੜਾ ਕਰ ਦੇਵੇ ਮੈਂ ਆਣਾ ਫਿਰ ਹੁਣ ਇੰਨਿਆਂ ਚੋਂ ਤਾਂ ਕੋਈ ਹੱਥ ਨਹੀਂ ਖੜਾ ਕਰ ਰਿਹਾ ਅਸੀਂ ਕਿਸੇ ਧਾਰਮਿਕ ਜਗ੍ਹਾ ਵੀ ਜਾਂਦੇ ਆ ਤੇ ਜੇ ਮੱਥਾ ਟੇਕਣ ਤੋਂ ਬਾਅਦ ਵੀ ਸੋਚੀਦਾ ਵੀ ਇਹ ਤੋਂ ਲੰਗਰ ਕਾਜ ਲਈ ਸੀ ਬਾਈ
ਜਗ੍ਹਾ ਲੈ ਲਈ ਤੂੰ, ਕਿੱਥੋਂ ਆਏ ਤੇਰੇ ਪੈਸੇ? ਉਹ ਤਾਂ ਹਿਸਾਬ ਨਹੀਂ ਮੰਗਿਆ ਕਿਸੇ ਨੇ, ਕਿਉਂਕਿ ਕਿਸੇ ਦਿੱਤੇ ਹੀ ਨਹੀਂ। ਜਗ੍ਹਾ ਮੇਰੀ ਬਣੀ 80-85 ਲੱਖ ਦੀ, ਡੋਨੇਸ਼ਨ ਮੇਰੀ ਹੋਈ 35 ਲੱਖ ਦੀ, ਕਿਹਨੇ ਦਿੱਤਾ 45 ਲੱਖ? ਇਹ ਮੇਰੇ ਨਾਲ ਗੱਲਾਂ ਕਰਨਗੇ 10-10-20-20 ਹਜ਼ਾਰ ਵਾਲੀਆਂ? ਮੈਂ ਸੀਨਾ ਫੂਕਿਆ, ਘਰ ਤਬਾਹ ਕੀਤਾ ਆਪਣਾ, ਮੇਰਾ ਪਿਓ ਜਾਣਦਾ, ਜਾਂ ਮੇਰੀ ਟੀਮ ਅਪਰਿਊ ਵੀਰਾ ਖੜਾ 100 ਕਿੱਲੇ ਆਉਂਦੇ ਉਹਦੇ ਅੰਡਰ, ਉਹ 20 ਹਜ਼ਾਰ ਖਾਏਗਾ, ਉਹ ਅਪਾਰ ਜੈਨ ਖੜਾ, ਉਹ ਮੰਥਨ ਕੋਚਰ ਖੜਾ, ਸਚਿਨ ਸਰਾ ਖੜਾ, ਸ਼ੋਭਿਤ ਖੜਾ, ਉਹ ਇਹ ਲੱਖਾਂ ਦੇ ਮਾਲਕ ਨੇ, ਆ 20-20 ਹਜ਼ਾਰ ਖਾਣ ਵਾਲੇ ਨਹੀਂ ਸੀ ਹੈਗੇ। ਸ਼ਰਿਆਮ ਨਾਮ ਲੈ ਕੇ ਕਰੀ, ਦੂਜੀ ਗੱਲ ਉਹਦਾ ਬੜਪਨ ਸੀ, ਉਹ ਮੇਰੇ ਕੋਲ ਆਇਆ, ਸਾਰੀ ਟੀਮ ਲੈ ਕੇ ਆਇਆ, ਹਾਲੇ ਕਿ ਐਡਾ ਬੰਦਾ ਨਹੀਂ ਆ ਸਕਦਾ, ਉਹ ਆਇਆ, ਉਹਨੇ ਮੈਨੂੰ ਸਮਝਾਇਆ ਜੋ ਮੈਂ ਪੁੱਛਣਾ ਸੀ, ਉਹਨੇ ਸਾਰੇ ਪੇਜ ਫੁਲਾਤੇ, ਤੇ ਉਹਨੇ ਮੈਨੂੰ ਸਮਝਾਇਆ ਵੀ ਤੈਨੂੰ ਇੰਨੇ ਛੇਤੀ ਕਿਉਂ ਆਉਣ ਲੱਗ ਪਏ ਤੇ ਸਾਨੂੰ ਕਿਉਂ ਨਹੀਂ ਆਉਂਦੇ, ਉਹ ਵੀ ਵੀਰੇ ਸਮਝਾਇਆ। ਬਾਈ ਸਭ ਤੋਂ ਵੱਡੀ ਗੱਲ ਪਤਾ ਕੀ ਆ, ਜਿੱਦਾਂ ਹੁਣ ਇੱਥੇ ਮੈਂ ਕਈ ਭਰਾ ਦੇਖ ਰਿਹਾ, ਹਾਂ ਨਹੀਂ ਨਹੀਂ ਵੈਸੇ ਪਤਾ ਮੇਰੇ ਦਿਲ ਦੀ ਗੱਲ ਦੇਖੋ, ਜਿਹੜੇ ਸਵਾਲ ਕਿਤਾਬ ਪੁੱਛਣੇ ਨੇ ਮੈਨੂੰ ਅੱਜ ਪੁੱਛ ਲਓ, ਫੇਸਬੁੱਕਾਂ 'ਤੇ ਜਾ ਕੇ ਲਾਈਵ ਹੋਣਾ ਬੰਦ ਕਰ, ਅੱਜ ਮੂਹਰੇ ਬੈਠਾ, ਜਿੰਨੇ ਮੇਰੇ ਮੂਹਰੇ ਬਹਿਣਾ ਆ ਜਾਓ, ਠੀਕ ਹੈ, ਫੇਸਬੁੱਕਾਂ ਦੇ ਕਮੈਂਟਾਂ 'ਚ ਮਾਂ ਭੈਣ ਦੀਆਂ ਗੱਲਾਂ ਮੈਨੂੰ ਕਿਹੜਾ ਲਿਖਣੀਆਂ ਨਹੀਂ ਆਉਂਦੀਆਂ, ਨਾ ਲਿਖੋ, ਆ ਮੈਂ ਸੋਸ਼ਲ ਮੀਡੀਆ ਦੇ ਮੂਹਰੇ ਕਹਿ ਰਿਹਾ, ਆ ਸੇਠੀ ਭਰਾ ਮੇਰੇ ਨਾਲ ਬੈਠਾ। ਇੱਕ ਸਵਾਲ ਆਖਰੀ ਪੁੱਛਦੇ ਆ, ਹਾਲੀ ਬਾਈ ਤੁਹਾਨੂੰ ਤੁਸੀਂ ਕਿਹਾ ਪਰਸਨਲੀ ਜਾਣਦੇ ਆ, ਹਾਂਜੀ ਬਾਈ, ਤੇ ਤੁਸੀਂ ਪਰਸਨਲੀ ਜਾ ਕੇ ਨਹੀਂ ਪੁੱਛ ਸਕਦੇ ਜੀ? ਬੰਗਈ ਇੱਥੇ ਹੀ ਪਿਆ ਭਾਜੀ, ਫੇਸਬੁੱਕ ਤੇ ਸਾਰਾ ਬੰਗਈ, ਆਪਸ ਹੀ ਬਹਿਸ ਸਹੀ ਆ ਹੋ ਗਿਆ, ਇਸ਼ੂ ਨਾਲ ਹੋਇਆ, ਠੀਕ ਆ, ਇਸ਼ੂ ਨੂੰ ਮੈਂ ਕਿਹਾ ਫਿਰ ਉਹਨੇ ਐਵੇਂ ਮੈਨੂੰ ਕਹਿ ਦਾ, ਮੈਂ ਭੜਕ ਗਿਆ, ਉਹਨੇ ਮੈਨੂੰ ਸਿੱਧੀ ਗੱਲ ਕਹੀ ਜੇ ਲੱਤਾਂ ਬਾਹਰ ਚੱਲਦੀ, ਸਾਹਮਣੇ ਜਾ ਕੇ ਲਾਈਵ, ਤੁਸੀਂ ਸਾਰਿਆਂ ਦੇ ਨਾਮ ਲਓ ਗੱਲਾਂ, ਜਿਹੜੀ ਮਤਲਬ ਤੁਸੀਂ ਗੱਲਾਂ ਕਹੀਆਂ ਸੀ ਉੱਥੇ ਤੁਸੀਂ ਗਲਤ ਸਾਬਿਤ ਹੋਏ ਹੋ, ਕਿਦਾਂ ਜੀ? ਜਿਹੜੀਆਂ ਤੁਸੀਂ ਕਿਹਾ ਸੀ ਕਿ ਇਸ਼ੂ ਦੇ ਖਾਤਰ ਤੁਸੀਂ ਇਹਨਾਂ ਦੇ ਨਾਲ, ਇਹਨਾਂ ਨੂੰ ਇੱਕ ਤੁਸੀਂ ਸੋਸ਼ਲ ਮੀਡੀਆ ਤੇ ਕੰਟਰੋਵਰਸੀ ਹੋ ਗਈ ਤੁਹਾਡੀ, ਕਿਹਾ ਕਿਸੇ ਨੇ, ਹਾਂ ਗੱਲ ਕਿਸੇ ਦੀ ਹੋ ਗਈ? ਕਿਉਂ ਭਾਜੀ ਯਾਰ, ਤੁਸੀਂ ਮੇਰੇ ਪੁਆਇੰਟ ਹੀ ਗਲਤ ਕਰੀ ਜਾਂਦੇ ਹੋ ਬਾਈ, ਇਹਨਾਂ ਨੂੰ ਇੱਕ ਇੱਕ ਇਹਨਾਂ ਨੂੰ ਇੱਕ ਮੈਂ ਦੱਸਦਾ, ਲੱਤਾਂ ਬਾਹਰ ਚੱਲਦੀਆਂ, ਲੱਤਾਂ ਬਾਹਰ ਚੱਲਦੀਆਂ, ਇਸ਼ੂ ਦੇ ਸਾਹਮਣੇ ਜਾ ਕੇ ਲਿਆ, ਮੈਨੂੰ ਦੱਸ ਕੀ ਕਰਾਂ ਬਾਈ? ਮੈਂ ਨਾ ਦੇਖੋ ਜਦੋਂ ਬਾਈ ਨੇ ਲਾਈਵ ਪਾਇਆ ਸੀ ਨਾ, ਉਦੋਂ ਮੈਂ ਵੀ ਲਾਈਵ ਪਾ ਕੇ ਕਹਿ ਸਕਦਾ ਸੀਗਾ ਕਿ ਫੇਸਬੁੱਕ ਦੀ ਕਮਾਈ ਦੇ ਨਾ ਆ ਜਾਓ, ਪਰ ਮੇਰਾ ਦਿਮਾਗ ਸੀ ਨਾ, ਮੈਂ ਕਿਹਾ ਨਹੀਂ ਯਾਰ, ਵਿਚਾਰਾ ਨਾ ਭਟਕਿਆ ਹੋਇਆ ਬਾਈ, ਪਤਾ ਨਹੀਂ ਕੀ ਫਰਸਟ੍ਰੇਸ਼ਨ ਹੈ, ਮੈਂ ਉਹ ਨਾ ਕਰਾਂ। ਦੇਖੋ 15 ਲੱਖ ਰੁਪਏ ਇਹਨਾਂ ਨੇ, ਜਿਹੜਾ ਭਟਕਿਆ ਨਹੀਂ ਹੋਇਆ ਬਾਈ, ਜਿਹੜਾ ਸਵਾਲ ਪੁੱਛਿਆ ਸ਼ਰਿਆਂ ਪੁੱਛਿਆ, ਕਿਸੇ ਤੋਂ ਲੁਕੋ ਕੇ ਨਹੀਂ ਪੁੱਛਿਆ, ਦੂਜੀ ਗੱਲ ਆਪਣੀ ਦੋ ਗੱਲਾਂ 'ਤੇ ਬਹਿਸ ਹੋਈ ਸੀ, ਹੁਣ ਮੈਂ ਤੀਜਾ ਗਲਤ ਉੱਥੇ ਹੁੰਦਾ ਜਿਹੜਾ ਪਿੱਛੋਂ ਆਉਂਦਾ, ਠੀਕ ਆ। ਹੁਣ ਤੇਰੇ ਨਾਲ ਜਿਹੜੇ 5 ਬੰਦੇ ਹੈਗੇ ਆ ਤੇਰੇ ਨਾਲ, ਅੱਜ ਉਹਨਾਂ ਨੂੰ ਅੱਜ ਪੁੱਛ ਲੈ ਵੀ ਅੱਜ ਜੇ ਮੇਰੇ ਨਾਲ ਨਹੀਂ ਆਏ, ਨਾ ਮੈਂ ਉਹਨਾਂ ਦੇ ਕਹੇ ਤੇ ਕੋਈ ਪੁਆਇੰਟ, ਮੈਨੂੰ ਪਤਾ ਹੈ ਵੀਰੇ, ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਕਨਫਿਊਜ਼ਨ ਸੀ, ਡਾਊਟ ਸੀ ਨਾ ਕਿ 20 ਲੱਖ ਰੁਪਏ ਆਉਂਦਾ, ਸ਼ਿਓਰ ਤਾਂ ਨਹੀਂ ਸੀ? ਜੇ ਸ਼ਿਓਰ ਹੁੰਦਾ ਮੇਰੇ ਖਾਤੇ ਕਢਾ ਕੇ ਲਿਆਉਂਦੇ ਕਿ ਆਹ ਲਓ ਜੀ ਸਟੇਟਮੈਂਟ, 20 ਲੱਖ ਰੁਪਏ ਖਾਤੇ 'ਚ ਆਇਆ, ਉਹ ਸ਼ਿਓਰ ਦੇ ਚੱਕਰ 'ਚ ਇਹਨਾਂ ਨੇ, ਉਸ ਤੋਂ ਬਾਅਦ ਤੇਰੇ ਕੁਛ ਹਸਪੀਟਲਸ ਦੇ ਨਾਮ ਲੈਤੇ, ਹਾਂ ਜੀ, ਕੋਈ ਦੀਪ ਹਸਪੀਟਲ ਜਾਂ ਅਦਰ ਹਸਪੀਟਲ, ਹਾਂ ਜੀ, ਤੁਹਾਨੂੰ ਲੱਗਦਾ ਕਿ ਕੋਈ ਚੱਜ ਦੇ ਕੰਮ ਕਰਨ ਵਾਲੇ ਨੂੰ ਸਹਾਰੇਗਾ, ਜਿਹੜਾ ਉਹਨਾਂ ਦੇ ਕੋਲੋਂ ਘੱਟ ਰੇਟ 'ਚ ਕੰਮ ਕਰਾਉਂਦਾ ਉਹਨੂੰ ਸਹਾਰੇਗਾ, ਜਿਹਨਾਂ ਨੂੰ ਇੱਕ ਦਿਨ ਦਾ ਲੱਖਾਂ ਰੁਪਏ ਖਰਚਾ ਬਣਾਉਂਦੀ ਹੁੰਦੀ ਹੈ ਅਨਮੋਲ, ਉਹ 'ਚ ਬਹੁਤ ਘੱਟ ਰੇਟ 'ਤੇ ਲਾਇਕ ਰਹਿੰਦਾ, ਉਹ ਇਹਨੂੰ ਬਰਦਾਸ਼ਤ ਕਰਨੇ? ਨਹੀਂ, ਮੇਰੀ ਗੱਲ ਸੁਣੋ ਬਾਈ, ਐਂ ਤਾਂ ਹੁਣ ਅਸੀਂ ਵੀ ਹਸਪੀਟਲਾਂ 'ਚ ਜਾਂਦੇ ਹੀ ਹੋਵਾਂਗੇ, ਸਾਰੇ ਵੀ ਤਾਂ ਰਾਏ ਨਹੀਂ ਮਿਲ ਸਕਦੀ ਆਪਣੀ, ਮੈਂ ਕੋਈ ਗੱਲ ਕਰਦਾ ਪਹਿਲਾਂ ਸ਼ਮਾਂ ਦਾ ਜਾਇਜ਼ ਹੈਗਾ, ਹਾਂ, ਨਾਨਕ ਹਸਪੀਟਲ ਹੀ ਹੈ ਨਾ, ਹਾਂਜੀ ਹਾਂਜੀ, ਨਾਨਕ ਹਸਪੀਟਲ, ਗੁਰੂ ਨਾਨਕ ਹਸਪੀਟਲ, ਹਾਂਜੀ, ਉੱਥੇ ਅਨਮੋਲ ਲਾਉਂਦਾ ਸੀ ਇੱਦਾਂ ਹੀ ਜੀ, ਆਪਣੀ ਜਿਹੜੀ ਟੀਮ ਦੀ ਜੀ, ਉੱਥੇ ਇਹਨੂੰ ਬਾਹਰ ਕੱਢਿਆ ਗਿਆ, ਇੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਮ ਦੇ ਉੱਤੇ ਆ, ਉਹ ਇੱਕ ਨਾਮ ਹੀ ਇੰਨਾ ਪਵਿੱਤਰ ਆ, ਉੱਥੋਂ ਹੀ ਇਹਨੂੰ ਕੱਢਿਆ ਗਿਆ, ਨਹੀਂ ਕੱਢਿਆ ਗਿਆ ਭਾਜੀ, ਠੀਕ ਆ, ਹੁਣ ਜੇ ਮੇਰੇ ਨਾਲ ਕਿੰਨੇ 3-4 ਹਸਪੀਟਲ ਹੈਗੇ ਨੇ, ਅਸੀਂ ਵੀ ਤਾਂ ਕਰਾਉਂਦੇ ਹੋਵਾਂਗੇ, ਅਗਲੇ ਸਾਡੇ ਨਾਲ ਨਹੀਂ ਔਖੇ, ਨਹੀਂ ਨਹੀਂ ਔਖੇ ਨਹੀਂ ਹੋਏ ਬਾਈ, ਇਹ 'ਚ ਬਹੁਤ ਵੱਡਾ ਸਕੈਂਡਲ ਹੈ, ਮੈਂ ਜੇ ਬੋਲਣ 'ਤੇ ਆਵਾਂ ਨਾਮ ਪ੍ਰੂਫ ਦੇ ਕੇ ਉਹ ਹਸਪੀਟਲਾਂ ਦੇ ਖਿਲਾਫ, ਹਾਂ ਗੱਲ ਇਹ ਹੈ ਕਿ ਜਿਹੜੇ ਲੋਕ ਇਹਨਾਂ ਨੂੰ ਉਂਗਲਾਂ ਲਾ ਰਹੇ ਨੇ ਔਰ ਅੱਜ ਪਹੁੰਚੇ ਨਹੀਂ, ਉਹਨਾਂ ਦੇ ਨਾਮ ਉਜਾਗਰ ਕਰੋ, ਲੈ ਲਓ ਨਾਮ ਮੈਨੂੰ, ਕਿ ਸਭ ਤੋਂ ਪਹਿਲਾਂ ਮੇਰੇ ਕੋਲ ਗੁਰਿੰਦਰ ਬਾਠ ਆਇਆ, ਠੀਕ ਆ, ਵੀ ਉਹਨੇ ਦੱਸਿਆ ਵੀ ਇਹ ਇੱਦਾਂ ਕਰਦਾ, ਇੱਥੋਂ ਪਏ ਇਹਨੇ, ਫਿਰ ਅੱਗਿਓਂ ਦੱਸਿਆ, ਹੁਣ ਅਗਲੀ ਵੀ ਦੱਸ ਦੇ ਫਿਰ ਕੀ ਨਹੀਂ, ਮੈਂ ਜਿਹੜੀਆਂ ਦੇਖੋ ਮੈਂ ਉਹਨਾਂ ਨਾਲ ਰੋਟੀ ਖਾਧੀ, ਉਹਨਾਂ ਨੂੰ ਸ਼ਰਮ ਨਹੀਂ ਆਈ ਕਿਉਂਕਿ ਉਹਨਾਂ ਨੇ ਮੇਰੇ ਨਾਲ ਰੋਟੀ ਖਾਧੀ, ਉਹਨਾਂ ਨੇ ਇੰਨਾ ਮੂਹਰੇ ਆ ਕੇ ਮੇਰੀਆਂ 5 ਸਾਲ ਪੁਰਾਣੀਆਂ ਰਿਕਾਰਡਿੰਗਾਂ ਸਕਰੀਨਸ਼ਾਟ ਰੱਖਤੇ, ਮੈਂ ਇੰਨਾ ਗਿਰਿਆ ਨਹੀਂ ਹੈਗਾ, ਉਹ ਬੋਲ ਰਹੇ ਨੇ ਮੈਂ ਉਹਨਾਂ ਬਾਰੇ ਕੁਛ ਨਹੀਂ ਕਹਿਣਾ, ਉਹਨਾਂ ਦੇ ਨਾਮ ਸੁਣ ਲਓ, ਜੇ ਮੈਂ ਉਹਨਾਂ ਬਾਰੇ ਕਹੂੰਗਾ 6 ਘੰਟੇ ਦੀ ਇੰਟਰਵਿਊ ਹੋਣੀ, ਮੇਰੇ ਕੋਲ ਇੱਕ ਇਕੱਲੇ ਦੀ ਫਾਈਲ ਲੱਗੀ ਹੋਈ ਹੈ, ਮੈਂ ਦੱਸਿਆ ਸੀ, ਮੈਂ ਨਾਮ ਦੱਸ ਦਿੰਦਾ, ਫਿਰ ਜੇ ਅੱਜ ਉਹਨਾਂ ਦੀ ਜੁੜਤ ਹੁੰਦੀ ਆਂਦੇ ਜੇ ਸੱਚੇ ਹੁੰਦੇ, ਮੈਂ ਸਕਰੀਨਸ਼ਾਟ ਪਾ ਕੇ ਆਇਆ ਵੀ ਮੈਂ 7:30 ਵਜੇ ਜਾਊਂਗਾ, ਲੇਟ ਹੋ ਗਏ, ਚਲੋ ਉਹ ਗੱਲ ਲੱਗ ਗਈ ਵੀ ਆਣਾ ਹੀ ਆਣਾ ਦੀ ਜਿਵੇਂ ਮਰਜ਼ੀ ਹੁੰਦਾ ਨਾ, ਤੇ ਉਹਨੂੰ ਮੈਂ ਇਕੱਲੇ ਨੂੰ ਕਿਹਾ ਵੀ ਅੱਜ ਤੇਰੇ ਕੋਲ ਮੌਕਾ ਹੈਗਾ, ਸੁਣਾਇਆ ਤਾਂ, ਹਾਂ ਬਿਲਕੁਲ ਬਿਲਕੁਲ, ਇਹ ਗੱਲਾਂ ਸਹੀ ਨੇ, ਠੋਕ ਕੇ ਗਿਆ, ਹਾਂ ਬਿਲਕੁਲ, ਇਹਨਾਂ ਨੇ ਕਿਹਾ ਕਿ ਅੱਜ ਅਨਮੋਲ ਨਾਲ ਖੁੱਲਾ ਟਾਈਮ ਹੈ ਵੀ ਅੱਜ ਆ ਜਾਓ ਕੱਢਣਾ ਹੈ ਤਾਂ ਅੱਜ ਕੱਢ ਲਓ, ਵੀ ਮੈਂ ਨਾਲ ਚੱਲਦਾ, ਵੀ ਉਹਦੇ ਬਿਠਾ ਕੇ ਗੱਲ ਕਰਾਊਂਗਾ, ਇਕੱਲਾ ਜਵਾਬ
ਉਹਨਾਂ ਦੀ ਜਿਹੜੇ ਨਹੀਂ ਆਏ ਨਹੀਂ ਚੱਲਦੀ ਨਾ ਪਰਮਨ ਜਮਾ ਹੀ ਨਹੀਂ ਬਾਈ ਉਹਨਾਂ ਦਾ ਜ਼ਮੀਰ ਹੀ ਨਾਮ ਲਓ ਬਾਈ ਇੱਕ ਇੱਕ ਕਰਕੇ ਨਾ ਸੁਣ ਲਓ ਪਹਿਲਾਂ ਭਾਜੀ ਮੇਰੇ ਤੋਂ ਤੁਸੀਂ ਇੱਕ ਦਾ ਗਰਿੰਦਰ ਬਾੜ ਭਾਜੀ ਮੇਰੇ ਨਾਲ ਕੰਮ ਕਰ ਚੁੱਕਾ ਹੈ ਸਾਰੇ ਬਾਈ ਦੇ ਪੁਰਾਣੇ ਨੇ ਠੀਕ ਆ ਇਹ ਨਹੀਂ ਵੀ ਬਾਈ ਮੇਰੇ ਮਾਸੀ ਭੂਆ ਦਾ ਬੇਟਾ ਦਾ ਮੈਂ ਤਾਂ ਨਹੀਂ ਕਹਿ ਰਿਹਾ ਉਹਨੇ ਪਹਿਲਾਂ ਕਹਿਤਾ ਇਹ ਬੰਦਾ ਇਹਨੇ ਚੋਂ ਛੱਡ ਕੇ ਇੱਕ ਗੁਰ ਇਹਨੂੰ ਛੱਡ ਕੇ ਇਹਨੇ 15 ਪਹਿਲੇ 9 ਵਜ ਕੇ 17ਵੇਂ 18ਵੇਂ ਮਿੰਟ ਤੇ ਆ ਗੱਲ ਕਹਿਤੀ ਸੀ ਮੈਨੂੰ ਉਹਦਾ ਅਫਸੋਸ ਹੈਗਾ ਮੈਂ ਇਸ ਤੋਂ ਨਹੀਂ ਸੰਭਿਆ ਗਿਆ ਮੇਰੇ ਕੋ ਉਹ ਦੁੱਖ ਹੈ ਉਹ ਮੇਰੇ ਨੂੰ ਛੱਡਣ ਤੋਂ ਬਾਅਦ ਅੱਜ ਵੀ ਚਲਾ ਰਿਹਾ ਅੱਜ ਵੀ ਚਲਾ ਰਿਹਾ ਇੱਜ਼ਤ ਹੈ ਪੂਰੀ ਇੱਜ਼ਤ ਚਾਹੇ ਉਹ ਕਰੋ ਠੀਕ ਹੈ ਜਾਂ ਜਿਵੇਂ ਮਰਜ਼ੀ ਉਹ ਸੇਵਾ ਚਲਾ ਰਿਹਾ ਠੀਕ ਹੈ ਪਰ ਉਹ ਬੰਦੇ ਬਾਅਦ ਮੈਨੂੰ ਸਕਰੀਨਸ਼ਾਟ ਹੁਣ ਮੈਂ ਉਹਨਾਂ ਦੇ ਕਹੇ ਤੇ ਇਹਨਾਂ ਦੇ $10,000 ਵਾਲੇ ਸਕਰੀਨਸ਼ਾਟ ਇਹਨਾਂ ਦੇ ਖਾਤਿਆਂ ਵਾਲੇ ਪਾ ਦੇਵਾਂ ਉਹ ਮੇਰੀ ਗੱਲ ਗਲਤ ਹੈ ਠੀਕ ਹੈ ਤੂੰ ਤੇਰੇ ਕੋਲ ਸਕਰੀਨਸ਼ਾਟ ਹੈਗੇ ਨਾ ਤੇਰੇ ਕੋਲ ਲੂਪ ਹੋਲ ਹੈਗੇ ਅੱਜ ਮੈਂ ਇੰਨੇ ਮੁੰਡੇ ਨਾਲ ਭਾਜੀ ਫਿਰਦਾ 5-4 ਖਾਸ ਹੁੰਦੇ ਨੇ ਉਹਨਾਂ 'ਚੋਂ ਇਹਨਾਂ ਦਾ ਇੱਕ ਸੀਗਾ ਜਿਵੇਂ ਮੰਥਨ ਲਾ ਲਓ ਮੰਥਨ ਅੱਜ ਦਾ ਬਾਈ ਨਾਲ ਫਿਰਦਾ ਨਾਲ ਇਹਦੀ ਰਿਕਾਰਡਿੰਗ ਕਰੀ ਜਾਂਦਾ ਵੀ ਉਹ 2030 ਲਈ ਸਾਂਭੀ ਬੈਠਾ ਸਮਝ ਰਹੇ ਹੋ ਪੁਆਇੰਟ ਸਮਝ ਰਹੇ ਹੋ ਮੇਰੀ ਗੱਲ ਨੂੰ ਵੀ ਉਦੋਂ ਵੱਡੀ ਯਾਰ ਮਾਰ ਕੀਤੀ ਹੋਊਗੀ ਅੱਜ ਦਾ ਮੰਥਨ ਉਹਨੀ ਜੱਫੀ ਪਾ ਕੇ ਰੋਟੀ ਖਾਂਦੇ ਪਏ ਨੇ ਨਾਲੇ ਉਦੋਂ ਦੀ ਰਿਕਾਰਡਿੰਗ ਕਰਦੇ ਪਏ ਨੇ ਹੈਲੋ ਵੀ ਪੱਤਰਕਾਰ ਉਹ ਯਾਰ ਬੰਦਾ ਔਰ ਜੇ ਉਹ ਗੱਲਾਂ ਬਾਹਰ ਆ ਜਾਣ ਤਾਂ ਮੈਂ ਕਹਿੰਦਾ ਤੁਸੀਂ ਮਤਲਬ ਛੱਡ ਦਿਓ ਉਹ ਗੱਲ ਨੂੰ ਛੱਡ ਦਿਓ ਉਹ ਗੱਲਾਂ ਡਿਸਕਸ ਕਰਨ ਵਾਲੀ ਵੇ ਮੈਂ ਕਹਾਂ 5 ਕੁਐਸਚਨ ਲਿਖ ਦਿਓ ਜੀ ਵੀ ਅਨਮੋਲ ਬੁਲਾਉਂਦਾ 5 ਕੁਐਸਚਨ ਲਿਖ ਦਿਓ ਵੀ ਆਪਾਂ ਨੂੰ ਕੀ ਪੁੱਛਣੇ ਉਹ ਭਾਜੀ ਉੱਥੇ ਇਦਾਂ ਹੋਇਆ ਸੀ ਮੈਂ ਕਿਹਾ ਇਹ ਆਉਣ ਮੀਡੀਆ ਜਲੂਸ ਕੱਢ ਦੂਗਾ ਆਪਣਾ ਸਮਝਦਾ ਮੇਰੀ ਗੱਲ ਨੂੰ ਸਮਝ ਰਿਹਾ ਭਾਜੀ ਜਲੂਸ ਕੱਢ ਦੂਗੀ ਆਪਣਾ ਵੀ ਆਹ ਕੁਐਸਚਨ ਤੁਹਾਡੇ ਪੁੱਛਣ ਵਾਲੇ ਨੇ ਆਪਾਂ ਬਾਈ 2 ਪੁੱਛੇ ਸੀ ਅਸੀਂ ਕੋਈ ਰੱਬ ਨਹੀਂ ਹੈਗੇ ਜਿੰਨਾ ਕੁ ਮੇਰਾ ਦਿਮਾਗ ਸੀ ਮੈਂ ਲਾਇਆ ਮੈਂ ਪੁੱਛੇ ਸ਼ਰਿਆਂ ਪੁੱਛੇ ਬਾਈ ਮੈਨੂੰ ਇਹਨੂੰ ਟੈਗ ਵੀ ਨਹੀਂ ਕਰਨਾ ਚਾਹੀਦਾ ਸੀ ਮੈਂ ਤਾਂ ਵੀ ਪੁੱਛਿਆ ਉਹ ਮੈਨੂੰ ਸਕਾ ਰਹੇ ਨੇ ਤੂੰ ਅਨਮੋਲ ਨਹੀਂ ਕਹਿਣਾ ਅਗਲੀ ਵੀਡੀਓ 'ਚ ਸੇਵਾਦਾਰ ਕਹਿਣਾ ਰਜਤ ਬੱਤਰਾ ਪਹਿਲਾਂ ਸੁਣ ਲੋ ਨਾਮ ਨੋਟ ਕਰ ਲੋ ਉੱਚੀ ਬੋਲਾ ਹਾਂ ਰਜਤ ਬੱਤਰਾ ਦੂਜਾ ਦੂਜਾ ਉਹ ਆਪਣਾ ਇਹ ਫੂਕਾਂ ਭਰਨ ਵਾਲੇ ਸਾਰੇ ਠੀਕ ਹੈ ਹੋਰ ਪੂਰੇ ਬਾਈ ਦਾ ਸਕਰੀਨਸ਼ਾਟ ਸਕਰੀਨਸ਼ਾਟ ਸਾਰਾ ਕੁਝ ਮੈਂ ਉਹਨੂੰ ਆ ਮੀਡੀਆ ਸੁਣੂਗਾ ਜੀ ਕੱਲ ਇੰਟਰਵਿਊ ਤੂੰ ਕਰ ਲਈ ਹੁਣ ਫਿਰ ਤੇਰੀ ਮੈਂ ਕਰੂੰਗਾ ਉਹ ਬਾਈ ਦੱਸ ਦੇ ਨਾਲ ਮੈਨੂੰ ਬਾਈ ਤੁਹਾਡੇ ਕੋਲ ਪਹੁੰਚੇ ਨੇ ਸਾਰੇ ਤੁਸੀਂ ਨਾਮ ਲਓ ਮੇਰੇ ਪਹੁੰਚੇ ਹੁਣ ਦੇਖੋ ਮੇਰੇ ਤਾਂ ਹੁਣ ਜਿਗਰੀ ਯਾਦ ਤੇ 10 ਬੈਠੇ ਖੜੇ ਮੈਂ 10 ਦਾ ਬਿਨਾ ਘੁਮਾਏ ਨਾ ਦੱਸ ਦੂੰਗਾ ਉਹ ਚ ਸੇਵਕ ਵੀਰਾ ਸੀ ਸੇਵਕ ਨੂੰ ਮੈਂ ਸਾਰਿਆਂ ਦਾ ਪੁੱਛਿਆ ਐਂਡ ਤੇ ਮੈਂ ਕਿਹਾ ਬਾਈ ਆਹ ਪੁਆਇੰਟ ਲੈ ਕੇ ਚੱਲੀਏ ਕਹਿੰਦਾ ਜ਼ਰੂਰ ਨਿਕਲ ਜਾਣਾ ਕੋਈ ਉਹ ਸੀ ਜਿਹੜੇ ਤੁਹਾਨੂੰ ਜਾਣਦੇ ਨੇ ਪਰ ਤੁਹਾਨੂੰ ਪਿੱਛੇ ਕੱਢ ਕੇ ਮੋਰੇ ਖੜ ਕੇ ਅੱਗੇ ਲਾਣਾ ਚਾਹੁੰਦਾ ਮੇਰੇ ਤੋਂ ਲੱਗਣ ਵਾਲੇ ਯਾਰ ਭਾਜੀ ਗੱਲ ਸੁਣੋ ਮੈਂ ਨਿਆਣਾ ਉੱਥੇ ਹੁੰਦਾ ਨਾ ਉਹਨੇ ਮੈਨੂੰ ਆਹ ਪੋ ਸਕਰੀਨਸ਼ਾਟ ਭੇਜੇ ਇਹਦੀਆਂ ਰਿਕਾਰਡਿੰਗਾਂ ਕਰਕੇ ਭੇਜੀਆਂ ਜਿਹੜੀਆਂ ਇਹਦੇ ਨਾਲ ਸੀਗੀਆਂ ਜੇ ਮੈਂ ਆ ਕੇ ਲਾਈਵ ਹੋ ਕੇ ਚਵਲਾਂ ਵਾਂਗੂ ਉਹ ਬਹਿ ਜਾਂਦਾ ਆਹ ਦੇਖੋ ਜੀ ਅਨਮੋਲ ਕੀ ਕਹਿੰਦਾ ਉਹ ਫਿਰ ਮੇਰੀ ਵੀ ਬਾਈ ਜ਼ਰੂਰਤ ਮੈਂ ਵੀ ਇਨਸਾਨ ਹਾਂ ਮੈਨੂੰ ਵੀ ਪਤਾ ਕਿੰਨਾ ਕੁ ਕਰਨਾ ਠੀਕ ਹੈ ਤੇ ਯਾਰ ਮੇਰਾ ਫੋਨ ਹੀ ਦੇ ਦਿਓ ਮੈਂ ਦੱਸ ਦਿੰਦਾ ਨਹੀਂ ਉੱਥੇ ਲਾਈਵ ਨਾਮ ਦੱਸੋ ਚਲੋ ਲਾਟ ਲਾ ਚਲੋ ਨਾਮ ਤੂੰ ਨਾਮ ਦੱਸ ਦੇ ਯਾਰ ਨਾਮ ਜਿੱਦੋਂ ਨਾਮ ਵੀ ਜਿਨ੍ਹਾਂ ਨੇ ਕੀਤੀਆਂ ਉਹ ਭਰਨਗੇ ਤੁਸੀਂ ਲਾਟ ਵਿੱਚ ਹੋਣ ਤੁਹਾਡੇ ਕੀ ਵਿਚਾਰ ਨਹੀਂ ਨਹੀਂ ਭਾਜੀ ਨਾਮ ਦੱਸਾਂਗੇ ਪਹਿਲਾਂ ਪੰਜਾਂ ਦੇ ਨਾਮ ਕਲੀਅਰ ਕਰਾਂਗੇ ਆਪਾਂ ਨੂੰ ਬਾਈ ਕੋਈ ਇਦਾਂ ਦੀ ਸਾਨੂੰ ਕੋਈ ਲਾਲਚ ਨਹੀਂ ਹੈ ਤੁਹਾਡੀ ਜ਼ਰੂਰਤ ਨਹੀਂ ਹੈਗੀ ਇਹਦੇ ਮੂਰੇ ਗੱਲ ਆ ਕੇ ਕਰਨ ਦੀ ਤਾਂ ਪਿੱਛੇ ਲਿਖਤੀ ਰੂਪ ਚ ਦੇ ਰਹੇ ਹੋ ਅਸੀਂ ਦੁਬਾਰਾ ਵੀਡੀਓ ਪਾ ਰਹੇ ਅਸੀਂ ਉਹ ਚੱਕ ਕੇ ਵਿੱਚ ਪਾਵਾਂਗੇ ਬਾਈ ਆਲੇ ਫੋਨ ਦੇ ਵਿੱਚ ਗਰੁੱਪ ਹੈਗਾ ਦਿਓ ਬਾਈ ਨੂੰ ਸਾਰੇ ਨਾਮ ਪਤਾ ਹੈ ਨਹੀਂ ਬਾਈ ਨਾ ਬੋਲੇ ਹਨਾ ਯਾਰ ਦੱਸਦਾ ਮੈਂ ਤੋਂ ਤਾਂ ਦੱਸ ਦੇ ਨਾ ਉਹ ਗਰੁੱਪ ਕੱਢ ਦਿੰਦਾ ਮੈਂ ਬੋਲ ਦਿੰਦਾ ਮੈਂ ਤਾਂ ਦੇਖੋ ਇੰਨਾ ਵਫਾਦਾਰ ਹਾਂ ਮੈਂ ਉਹਨਾਂ ਰੋਟੀ ਖਾਧੀ ਮੇਰੇ ਕੋ ਨਾਮ ਨਹੀਂ ਲਿੱਤੇ ਜਾ ਰਹੇ ਮੇਰੇ ਕੋ ਫਾਈਲ ਲੱਗੀ ਕਿੱਲੇ ਕਿੱਲੇ ਦੀ ਮੈਂ ਕਹਿੰਦਾ ਮੈਂ ਜ਼ਿੰਦਗੀ 'ਚ ਫਾਈਲਾਂ ਕੱਢਾਂ ਨਾ ਪਰ ਜਦੋਂ ਇਹ ਮੈਨੂੰ ਇਹ ਟਾਂਚਾ ਲਾਉਂਦਾ ਨਾ ਮੇਰੀ ਮਾਂ ਵੀ ਘਰੇ ਰੋਟੀ ਨਹੀਂ ਖਾ ਰਹੀ ਇਹਨਾਂ ਦੀ ਮਾਂ ਵੀ ਪਰੇਸ਼ਾਨ ਹੈ ਨਜਾਇਜ਼ ਉਂਗਲਾਂ ਇਹਨਾਂ ਨੂੰ ਦੇ ਰਹੇ ਨੇ ਤੂੰ ਬੋਲ ਤੂੰ ਬੋਲ ਤੂੰ ਬੋਲ ਤੂੰ ਆ ਜਾ ਤੇਰੇ ਵਾਲੇ ਹੁਣ ਰਜਤ ਨੇ ਇਹਦੇ ਬਾਰੇ ਬਹੁਤ ਕੁਛ ਬੋਲਿਆ ਇਹਦੇ ਨਾਲ ਰਿਹਾ 4-5 ਸਾਲ ਠੀਕ ਹੈ ਮੇਰੇ ਕੋਲ ਪੈਸੇ ਲੈਂਦਾ ਰਿਹਾ ਉਹ ਬੰਦਾ ਮੇਰੇ ਕੋਲ ਆਪ ਦੱਸਦਾ ਵੀ ਮੈਂ ਤੋਂ 10,000 ਰੁਪਏ ਤਨਖਾਹ ਬਾਈ 20,000 ਰੁਪਏ ਤਨਖਾਹ ਲਿੱਤੀ ਮੇਰੇ ਕੋਲ ਉਹਨੇ ਰਜਤ ਬੱਤਰਾ ਮੇਰੇ ਕੋਲ ਪੈਸੇ ਲੈ ਕੇ ਬਾਈ ਤੇ ਉਂਗਲਾਂ ਚੱਕ ਰਿਹਾ ਫੇਸਬੁੱਕ ਦੀ ਕਮਾਈ ਆ ਰਹੀ ਹੈ ਗਰਿੰਦਰ ਹੈਗਾ ਇੱਕ ਤੇ ਮਤਲਬ ਅਲੱਗ ਅਲੱਗ ਇੱਕ ਨਵੀਂ ਹੋ ਗਿਆ ਬਾਈ ਹਨਾ ਧਰਮਕੋਟ ਵਾਲਾ ਉਹਨਾਂ ਨੇ ਮੈਨੂੰ ਕਿਹਾ ਲੁਧਿਆਣੇ ਵਾਲਾ ਜਿਹੜਾ ਸਭ ਤੋਂ ਜ਼ਿਆਦਾ ਉਛਲ ਰਿਹਾ ਕਿ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਨਹੀਂ 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 ਮੋਬਾਈਲਾਂ ਸਿੰਗਲ ਨਹੀਂ ਕੀ ਨਾਮ ਹੈ ਬਾਈ ਬਾਈ ਬੋਲੋ ਤੁਹਾਨੂੰ ਮਨ ਦੀ ਮਨ ਪਤਾ ਸੀ ਨਾ ਵੀ ਸੇਠੀ ਆਊਗਾ ਚਾਹੇ ਇੱਥੇ ਕੋਈ ਆਪਾਂ ਕੋਲ ਲੜਨਾ ਥੋੜੀ ਹੈ ਹੋ ਸਕਦਾ ਵੀ ਮੈਂ ਕੱਲ ਨੂੰ ਉਹਦੇ ਨਾਲ ਖੜਾ ਇਹ ਜਿਹੜੇ ਤੁਸੀਂ ਅੱਜ ਵਿਚਾਰ ਕੀਤੇ ਨਾ ਤੁਹਾਡੇ ਬਹੁਤ ਸਾਰੇ ਗਲਤ ਫਹਿਮੀਆਂ ਵੀ ਦੂਰ ਹੋਈਆਂ ਨੇ ਕਿ ਤੁਹਾਡਾ ਆਪਸ ਚ ਰਿਲੇਸ਼ਨ ਵੀ ਅੱਗੇ ਵਧੀਆ ਬਿਲਡ ਅਪ ਬਾਈ ਸ਼ਾਇਦ ਹੋ ਸਕਦਾ ਵੀ ਮੈਂ ਇਹਦੇ ਨਾਲ ਰੱਖ ਕੇ ਸੇਵਾ ਲੋਕਾਂ ਦਾ ਭਲਾ ਚਾਹੀਦਾ ਨਾ ਵਾਹ ਹੋ ਜੂਗਾ ਮੈਂ ਤੋਂ ਕੱਲ ਅਕਾਊਂਟਾਂ ਦਾ ਪੁੱਛਿਆ ਵੀ ਮੈਂ ਅਕਾਊਂਟ ਪਾ ਕੇ ਸੇਵਾ ਕਰਨੀ ਚਾਹੁੰਦਾ ਤੂੰ ਇੱਕ ਗੱਲ ਕਹਿੰਦਾ ਅਕਾਊਂਟਾਂ ਵਾਲੇ ਫਰੋਡ ਹੁੰਦੇ ਆ
ठीक है मैं ऑन कैमरा कहना मैं अकाउंट वाली सेवा करूंगा तो तुम्हें सारा करके दिखा दूंगा क्या भाजी बिल्कुल बिल्कुल ठीक है बाकी साड़ी गल हुंदी रही इशू की गल है इशू बिना पैसे ले करता है उन्होंने मैं क्या चैलेंज किया गेट हमेशा ही खुला जेड़ा बंदा अपने आप नूं अग ला के सेवा कर रहा होवे जेड़े अपनी एडी बाउंड्री मूरी खड़ी होण ते चलो मैं क्लियर शुरू करती मेरे नाल नहीं आ सके सीधे नाल सीधे आ जांदे सीधे ओ कित्थों आ जाणगे ठीक है फिर दूजी गल तेरे नाल रह गया तेरे नाल दीआं रिकॉर्डिंगां 2020 दीआं रखी बैठे ने कि उन्होंने उदों ही सोचा सीगा वी मैं 2023 च वायरल करूंगा जे इन्नी देर दीआं हैगीआं ने फिर चला दिंदे ओ कोई ऐसी रिकॉर्डिंग कढ लो कोई एनजीओ दे इल्जाम ला दो पर्सनली तां मैं है ही नहीं तुहानूं वी इह लगदा कि इस तों बाद तुहानूं वी सतर्क रहना चाहीदा बिल्कुल भाई जिहड़े तुहाडे नाल सेवा करदे ओ किते ना किते तुहाडीआं वी करदे होणगे क्योंकि जे इन्हां शरारत हो सकदे तां तुहाडे वी पैर खिच्चण वाले बड़े हां भाई बहुत हुण इह मैनूं पुछिआ वी कि जे कोई जुत्तियां भेज दो तुहाडे पैरां 'च जुत्तियां लाण वाले होणगे होणगे भाई बिल्कुल होणगे दसो हुण बहुत गल्लां पहुंचीआं उहदे कोल इदां नहीं इदां ओ मैनूं फोन कर रहे ने इन्हां नूं फोन कर रहे ने अनमोल ने अज नबेड़ लो मैं रोज रोज फेसबुक ते ना स्पष्टीकरण दवा कि हां जी जी हुण पुछ लो हुण पुछ लो जिन्ने जिन्नू वहम हैगे ने सारे कढ़ लो खासकर जिहड़े जिहड़े मैनूं छड्ड के गए ने मैं जिहड़े एलीगेशन तुहाडे ते हुण लगे ने जिहड़े बंदियां दे सिटी साहब ने नाम लिते ने ओह सारे तुहाडी टीम मेंबर ही ने तुहाडे टीम च ही निकले होए ने मैं ना इक शर्म कीती होई जिंदगी च मैं जिन्हां नाल बह के खाधा ना मैं उहनां दे खिलाफ बोल नहीं सकदा उहनां ने शर्म लाई होई है ਉਹ ਸਵੇਰੇ ਸ਼ਾਮ ਘੁੰਮ ਰਹੇ ਨੇ ਬੰਦੇ ਲੱਭ ਰਹੇ ਨੇ ਕਿ ਕੋਈ ਜੁਰਤ ਵਾਲਾ ਬੰਦਾ ਸੇਠੀ ਵੀਰ ਵਰਗਾ ਲਾਈਵ ਹੋ ਕੇ ਅਨਮੋਲ ਨੂੰ ਗਾਲਾਂ ਕੱਢੇ ਤੇ ਐਕਟੀਵਾ ਚੱਕ ਕੇ ਪਹੁੰਚੀ ਸੇਠੀ ਕੋਲ ਹਨਾ ਉਹ ਆਪ ਨਹੀਂ ਸੇਠੀ ਬਣ ਪਾ ਰਹੇ ਤੁਸੀਂ ਕੀ ਬੋਲ ਰਹੇ ਜੀ ਹੈ ਜੇ ਉਹ ਤੁਹਾਡੇ ਖਿਲਾਫ ਇੰਨਾ ਕੁਝ ਬੋਲ ਸਕਦੇ ਤੁਸੀਂ ਕਿਉਂ ਬਈ ਮੇਰੀ ਹੈ ਨਹੀਂ ਨਾ ਮੇਰੀ ਉਹ ਇੱਕ ਹੁੰਦੀ ਨਹੀਂ ਇੱਕ ਯਾਰੀ ਦੀ ਕਿ ਮੈਦਾ ਨਹੀਂ ਹੈਗਾ ਮੇਰੇ 'ਚ ਮੈਂ ਯਾਰ ਮਾਰ ਨਹੀਂ ਕਰ ਸਕਦਾ ਮੈਂ ਜਿਨ੍ਹਾਂ ਨਾਲ ਖਾਧਾ ਹੋਇਆ ਜਿਨ੍ਹਾਂ ਨੂੰ ਖਵਾਇਆ ਹੋਇਆ ਉਹ ਮੇਰੇ ਖਿਲਾਫ ਕਿਉਂਕਿ ਦੇਖੋ ਜਿਹੜਾ ਬੰਦਾ ਸੱਚਾ ਹੈ ਨਾ ਉਹਨੂੰ ਡਰਨ ਦੀ ਲੋੜ ਨਹੀਂ ਰਾਤ ਨੂੰ ਇੱਕ ਮੈਂ ਮੈਸੇਜ ਕਰਿਆ ਸੀਗਾ ਮੈਂ ਕਿਹਾ ਜੇ ਜਿਹੜੇ ਤੇਰੇ 4-5 ਸਾਲ 'ਚ ਨਹੀਂ ਹੋਏ ਮੇਰੇ 4-5 ਘੰਟਿਆਂ 'ਚ ਹੋ ਜਾਣਗੇ ਤੁਸੀਂ ਇਹ ਸੋਚੋ ਮੈਂ ਇਹਨਾਂ ਨੂੰ ਕੱਲ ਕਹਿਤਾ ਸੀ ਕਹਿੰਦੇ ਮੈਂ ਕੱਲ ਆਣਾ ਮੈਂ ਕਿਹਾ ਤੁਹਾਡੇ ਨਾਲ ਦੇ ਜਿੰਨੇ ਤੁਹਾਨੂੰ ਉਂਗਲਾਂ ਦਾਰੇ ਨੇ ਕਿਸੇ ਨੇ ਨਹੀਂ ਆਣਾ ਜੇ ਸੱਚੇ ਹੁੰਦੇ ਤਾਂ ਮੋਹਰੇ ਆ ਜਾਂਦੇ ਕਿਹੜੀ ਡੰਗ ਪੈ ਗਈ ਸੀ ਬਾਈ ਆਇਆ ਹੀ ਹੈ ਨਾਲ ਦੋਸਤਾਂ ਨਾਲ ਆਇਆ ਸਾਰੇ ਖੜੇ ਨੇ ਆ ਜਾਂਦੇ ਕਿਉਂ ਨਹੀਂ ਆਏ ਇਹਦੇ ਨਾਲ ਵੀ ਸੇਵਾ ਕਰਦੇ ਹਾਂ ਕਿਉਂ ਨਹੀਂ ਆਏ ਹਾਂ ਇਹਦੇ ਤੋਂ ਇਹ ਸਕਦਾ ਵੀ ਜੇ ਮੈਂ ਇੰਨਾ ਗੱਲ ਨਾ ਜਿਵੇਂ ਉਦੋਂ ਸਾਡੀ ਟਸਰਬਾਜੀ ਨਾ ਹੁੰਦੀ ਇਸ਼ੂ ਨਾਲ ਚਲੋ ਛੋਟਾ ਭਾਈ ਹੈ ਜੀ ਮੇਰਾ ਠੀਕ ਹੈ ਟਸਰਬਾਜੀ ਨਾ ਹੁੰਦੀ ਮੈਂ ਹਾਈਪਰ ਹੋ ਕੇ ਵੀਡੀਓ ਨਾ ਪਾਉਂਦਾ ਹੋ ਸਕਦਾ ਵੀ ਇਦੋਂ ਬਾਅਦ ਵੀ ਅਸੀਂ ਇਕੱਠੇ ਵੀ ਕਰੀਏ ਸੇਵਾ ਮਰੀਜ਼ਾਂ ਦਾ ਭਲਾ ਹੋਣਾ ਚਾਹੀਦਾ ਇਹ ਕਿਸੇ ਨੂੰ ਇਹ ਤਾਂ ਨਹੀਂ ਦਿੱਕਤ ਵੀ ਕੱਲ ਕੌਣ ਕਰ ਰਿਹਾ ਜੋ ਮੈਂ ਵੀ ਜੋ ਮੈਂ 2 ਪੁਆਇੰਟ ਰੱਖੇ ਸੀ ਬਾਈ ਮੈਂ ਉਹਨਾਂ 'ਤੇ ਖੜੇ ਹਾਂ ਮੈਨੂੰ ਫੇਸਬੁੱਕ ਦਾ ਪਤਾ ਸੀ ਉਹਨੇ ਮੈਨੂੰ ਖਾਤਾ ਕੱਢ ਕੇ ਦਿਖਾਤਾ ਸਾਰਾ ਮੈਂ ਸਮਝ ਗਿਆ ਵੀ ਜੇ 3-4 ਲੱਖ ਰੁਪਏ ਹੈਗਾ ਤਾਂ ਇਹਨਾਂ ਦੇ ਯਾਰ ਖਰਚੇ ਵੀ ਨੇ ਜਿਹੜੇ ਕਿ ਇੱਕ ਮੈਂ ਗੱਲ ਪੁੱਛਣਾ ਚਾਹੂੰਗਾ ਕਿ ਵੀਡੀਓ ਪਾਉਣ ਤੋਂ ਪਹਿਲਾਂ ਤਾਂ ਇੱਕ ਵਾਰੀ ਅਨਮੋਲ ਬਾਈ ਨਾਲ ਗੱਲ ਕਰਨੀ ਚਾਹੀਦੀ ਸੀਗੀ ਬਾਈ ਉੱਥੇ ਇਦਾਂ ਗੱਲ ਹੋ ਗਈ ਸੀ ਉਦੋਂ ਪਹਿਲਾਂ ਮੈਂ ਸਕਰੀਨਸ਼ਾਟ ਦਿਖਾਏ ਨੇ ਇਸ਼ੂ ਦੀ ਗਲਤੀ ਹੈਗੀ ਵੀਰੇ ਬੋਲਿਆ ਗਲਤ ਨਹੀਂ ਬੋਲਿਆ ਤੂੰ ਦੱਸ ਦੇ ਇਸ਼ੂ ਉਹੀ ਗੱਲਾਂ ਜਦੋਂ ਇਹਨਾਂ ਨੇ ਵੀਡੀਓ ਪਾਤੀ ਉਦੋਂ ਇਸ਼ੂ ਦੇ ਮਨ 'ਚ ਵੀ ਹੋ ਗਿਆ ਪਾਤੀ ਬਾਈ ਮੇਰੇ ਖਿਆਲ ਨਾਲ ਪੋਸਟ ਪਾਉਣ ਤੋਂ ਬਾਅਦ ਹੀ ਤੁਹਾਡੀ ਇਸ਼ੂ ਹੋਇਆ ਕਿਸੇ ਐਨਜੀਓ ਵਾਲਿਆਂ ਨੂੰ ਪੈਸੇ ਉਸ ਤੋਂ ਬਾਅਦ ਮੇਰੀ ਪੋਸਟ ਮੇਰੇ ਨਾਮ ਦੀ ਪੋਸਟ ਪਾਈ ਅਨਮੋਲ ਕੁਆਤਰਾ ਲਿਖ ਕੇ ਪੋਸਟ ਪਾਈ ਹੋਈ ਤੁਹਾਡੀ ਹੁਣ ਵੀ ਪਈ ਹੋਈ ਹੈ ਫੇਸਬੁੱਕ ਤੇ ਚਲੋ ਜੋ ਵੀ ਮਿਸ ਅੰਡਰਸਟੈਂਡਿੰਗ ਹੋਈ ਹੁਣ ਕਲੀਅਰ ਹੈ ਕਲੀਅਰ ਹੈ ਨਾ ਹੁਣ ਜੇ ਕਿਸੇ ਮੈਂ ਇਸ ਬਾਈ ਕਰਕੇ ਨਹੀਂ ਵੇਟ ਇਹ ਕਰਦੇ ਸੀਗੇ ਵੀ ਜੇ ਕੋਈ ਹੋਰ ਹੋਣਾ ਤਾਂ ਬਹੁਤ ਵੇਟ ਕਿਉਂ ਕਰ ਅਸੀਂ ਤਾਂ ਇਹ ਗੱਲ ਬਾਈ ਉਦਾਂ ਵੀ ਕਰ ਸਕਦੇ ਹਾਂ ਅਨਮੋਲ ਤੁਹਾਡੇ ਇੱਕ ਅੱਛੇ ਫਰੈਂਡ ਰਹਿ ਚੁੱਕੇ ਨੇ ਸੇਟੀ ਸੋ ਲੱਗਦਾ ਫਰੈਂਡ ਹੈ ਨਹੀਂ ਹੈ ਵੀ ਸਕਰੀਨਸ਼ਾਟ ਮਾੜਾ ਮੋਟਾ ਹੈਗਾ ਮਿਨੀਮਮ ਜਿਵੇਂ ਹੁਣ ਮੈਂ ਪਹਿਲਾਂ ਬਾਈ ਨਹੀਂ ਕਦੇ ਕਰੀ ਹੈਗੀ ਮੈਂ 7-8 ਮਹੀਨੇ ਤੋਂ ਹੈਗਾ ਮਹਾਰਾਜ ਨੇ ਮੇਰੀ ਬਾਂਹ ਫੜੀ ਹੈ ਮੈਂ ਤਾਂ ਇਹ ਕਹਿੰਦਾ ਔਨ ਰਿਕਾਰਡ ਸੁਣ ਲਓ ਵੀ ਮੈਂ ਇਹ ਗੱਲ ਕਹਿਣਾ ਮੈਨੂੰ
जो कुछ सीगा डैडी होनी दे गए मेरा सेटअप सारा कुछ बनया होया मेरे घर दे मना करदे इदां ना बोलिया कर ठीक है मैनू भाई उत्ते 4-5 हज़ार रुपए बनदा मैं ओ वी दे दे करना मेरे शौक पूरे हो गए भाई सारे ए मैं इन्ने बंदियां च मैं किसे होशवास च ही कह रहा भी जिहड़ी इज्जत ओ चीज नाल मिलदी है ना भाई ओ किते नहीं मिलदी हां जे मेरे ते कोई इहदी मेरे मेरे करके एक भी होगा ना तेरे करके टुटिया नहीं जुड़िया होगा ना भी हनी दी वीडियो देखी तेरे विरुद्ध बोलदा मैं 20 हज़ार दी सेवा करनी है बड़ी यूथ नाल ना ईगो दी फसी हुई है छोटी उमर है ठुकर है मैं यार हुण मैं जे एड्डा वड्डा मुद्दा बाई फोन मारे जी बंदे ने मैनूं मैं कहा पता नहीं यार इन्हां नूं उंगलां ला रहे ने एनजीओज वाले यार जे मेरे नाल कोई वहम है बह जाओ मलाई दूंगा सामने बैठा बिच सवाल तू भी पुछनी एक कहना नहीं मैं मुद्दा की आना कहना औखा बोलदा मैं टेबल टॉक कर लियो आके बह जो तुम 4-4 साल हो गए ना बोल दे कुछ क्यों नहीं बनिया क्योंकि नाल रह के रिकॉर्डिंग कर दिमाग चाहिए पौने 2 लाख फॉलोअर 1.5 लाख लुधियाने का ठीक है दूजी गल मेरे लिए गुरुद्वारा कटाणा देख सर साहब तो उत्ते कुछ नहीं सी मैं उत्ते गड्डी खड़ा के बिल्कुल गुरु साहब वाल फोटो करके कहती भी जे मैं मशहूर होने लिए किया हो मेरा कख ना रहे तुम भी सिर पर पग बनी एदो वड्डा तो नहीं कुछ हो सकता बर्दाश्त करना शुरू करो जे कल मैं सोशल मीडिया के पैसे आने शुरू होंगे ने भाई मैं 8 साल हो गए 15 लाख 20 लाख बाकी मेरी एक होर बेनती है मेरी सारी यूथ नूं बेनती है कि सेवा करके जो छिलड़ बनते हैं आ जाओ पता क्यों देखो किसी गरीब का दुख दिखाऊंगे पैसे तो भी बनने डोनर भी आने नाले तो धंधा चलेगा है ना ये सेवा करके वीडियो चला के भी पैसा कमाना बहुत औखा है ये भी मेरी इज्जत करो कि जे मैं वीडियो चलाने का मैं ढंग हैगा तू इज्जत दे काबिल हैगा असीं पहला वीडियो अच्छा सारे ने यह तो चक्या नहीं पत्रकारों ने भी बई जिहड़े बंदे सांदे जिवें हुण हीरा भाई ने बिच बह के समझो चलो गल कराती उन्होंने की पॉइंट चुकया गल मैं इशू की कर रहा फोटो अनमोल की लगी हुई है भी पता भी व्यूज होने ही होता ही है फिर यह गल नहीं भाजी हैगी गलत तुम दोनों तुम वे भाई वागू खड़े हो ठीक है चलो चलते हैं कैमरे भी तुम्हें क्या भी सेठी तू इतने मानता मैं हाँ भाई मैं मानता भी मेरी गलत फैमिली हो गया पर मैं किसी का नहीं है पर मैं बेच भी किया तो नहीं किसी ने चलाया भी सेवा जाके मैं अनमोल पैरी घट्टो घट सेठी भरावा अपनी क्लीयर करन ता आया पहला सूरमा जिन्हें फेसबुक से बोल के आया बाकी दा कनेडा अमरीका बह के भी 6-7 साल हो गए हाँ, कोई नहीं आया मेरी टीम सोच लो अज तुसी कह रहे सी ना बार बार सारे कह रहे सी नहीं आना वो गलत नहीं कह रहे सी वो कहंदे सी सिर्फ फेसबुक ते बोलने वाले ने भी रिकॉर्ड है हाँ, भी कोई आया हाँ, नहीं मैं संगी साथी खड़े हैं मैं नु 100% कह मैं आएगा क्यों क्यों क्योंकि अज तक कोई आया ही नहीं क्योंकि सारे झूठे सी इन्हों डाउट से इन्होंने क्लीयर कर लिया जो होर किसी ने कोई एनजीओ का डाउट है वो आके क्लीयर कर लो इन्ना वड्डा बंदा इन्नी टीम नाल मेरे को दुकान से आया पर डुले डाले नहीं उन्हें मैंने आके स्क्रीनशॉट दिखाए है मेरे बराबर खड़ के गल करी भी तू आ पुछदा सी भी तेरे वध जाने का की कारण है मेरा क्लीयर हो गया भाजी थैंक यू भाजी